मैं राहां ते नी तुरदा, मैं तुरदा हाँ तेरा बन दे। मैं राहां ते नी तुरदा, मैं तुरदा हाँ तेरा बन दे। जुगा तो काफले आउंदे, सच दे गवाह बन दे। हमेशा लोचिया बनना तुहाडे प्यार दा पात्र, हमेशा लोचिया बनना तुहाडे प्यार दा पात्र। कदे नहीं सोचिया कि आपां आ बन दे जां ओ बन दे। सत श्री अकाल, तुसीं वेख रहे हो FYI मीडिया ते मैं हाँ तुहाडे नाल प्रवानिया नेजा। अज मैं अंबरां दे उस सितारियां नाल, इस तुर दे उस सितारियां नाल तुहाडे सारयां दी खास मुलाकात कराउण जा रही हाँ, जिन्हां दे डायलॉग सुन के, जिन्हां दी मूवीज़ वेख के, जिन्हां नूं तुसीं हमेशा हर पंजाबी मूवी च वेखना चाहुंदे हो ते हस के लोटपोट हो जांदे हो। मेरे नाल ने अज कॉमेडियन किंग विनू ढिल्लो जी एंड करमजीत अनमोल जी। सब तो पहले तो बहुत बहुत स्वागत है तुहाडा FYI मीडिया ते दोहां दा। थैंक यू सो मच जी, थैंक यू सर। बहुत बहुत वधाइयां जी, वधाइयां जी, वधाइयां ले वधाइयां जी, वधाइयां। थैंक यू सो मच, थैंक यू। सो वेख बरातां चलियां है ना, उहदे च तां विनू ढिल्लो बरात लैके जांदे ने कविता कौशिक नूं व्याहुण लैके, व्याहुण वास्ते। हुण वधाइयां यानी जिहड़ी बरात तों बाद घर आ के वधाइयां मिलदियां ने, उह वधाइयां ने ਜਿਹੜੀ ਉਹ ਤਾਂ ਸੀਗੀ ਜੀ, ਉਹ ਤਾਂ ਵਧਾਈਆਂ ਜੀ, ਵਧਾਈਆਂ ਤਾਂ ਖਾਸੀ ਕੁੱਤੇ ਖਾਣੀ ਹੋਈ ਸੀ ਮੇਰੇ ਨਾਲ, ਕੁੱਤੇ ਖਾਣੀ ਹੋਈ ਸੀ। ਵੇਖ ਵੇਖ ਫਰਾਤਾ ਚੱਲੀਆਂ ਦੀ ਗੱਲ ਕਰਦਾ ਤੇ ਵਧਾਈਆਂ ਜੀ, ਵਧਾਈਆਂ। ਹੁਣ ਸਾਡੀ ਸੈਕਿੰਡ ਮੂਵੀ ਆ ਰਹੀ ਹੈ ਜੀ, ਸਾਡੇ ਜੋੜੀ ਨੂੰ ਬੜਾ ਪਸੰਦ ਕੀਤਾ ਗਿਆ ਉਹਦੇ ਵਿੱਚ, ਕਰਮਜੀਤ ਅਨਮੋਲ ਜੀ ਨੂੰ ਬੜਾ ਸਰਾਹਿਆ ਗਿਆ ਉਹ ਕਰੈਕਟਰ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੇ ਕੀਤਾ ਸੀ। ਸਾਰੀ ਟੀਮ ਅਸੀਂ ਹੁਣ ਦੁਬਾਰੇ ਫਿਰ ਵਧਾਈਆਂ ਜੀ, ਵਧਾਈਆਂ ਦੇ ਵਿੱਚ ਆ ਰਹੇ ਹਾਂ ਜੀ। 30th July ਨੂੰ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਫੁੱਲ ਔਨ ਸਟ੍ਰੈਸ ਬਸਟਰ ਮੂਵੀ ਹੈਗੀ ਹੈ, ਫੁੱਲ ਔਨ ਕਾਮੇਡੀ ਮੂਵੀ ਹੈ ਜੀ। ਓਏ ਆ ਗਿਆ, ਆ ਗਿਆ ਤਾਰੇ ਪੂਰੀਆਂ ਅੱਡੇ ਪੂਰੀਆਂ ਨੂੰ ਹੋ ਤੇਰਾ ਸਾਰਾ ਤਾਂ ਹੋਰੀ ਪਾਸੇ ਬੂਤਾ ਚੱਕੀ ਖੜਾ। ਛੋਲੇ ਬੰਦ ਕਰ ਦੋ ਓਏ, ਪੜਾਓ ਛੱਡ ਛੱਡ, ਸ਼ਰਮ ਨਹੀਂ ਆਉਂਦੀ ਮੰਗ ਤੇ ਉਤੋਂ ਖੋਕੇ ਖਾਂਦਿਆਂ ਨੂੰ। ਕੀ ਬਾਤ ਹੈ ਕਰਮਜੀਤ ਅਨਮੋਲ ਜੀ, ਤੁਹਾਡੀ ਜੇਕਰ ਗੱਲ ਕਰੀਏ, ਪੁਰਾਣੀ ਮੂਵੀ ਵੇਖ ਬਰਾਤਾਂ ਚੱਲੀਆਂ ਹੈ ਨਾ, ਬੀਨੂ ਢਿੱਲੋਂ ਦੇ ਨਾਲ ਉਹ ਡਰਾਈਵਰ ਕੰਡਕਟਰ ਵਾਲੀ ਜੋੜੀ, ਉਹ ਹਾਸੇ ਵਾਲੀ ਜੋੜੀ, ਹੁਣ ਇੱਥੇ ਕੀ ਪਾਤਰ ਹੈ, ਕੀ ਕਿਰਦਾਰ ਹੈ ਤੁਹਾਡਾ ਇਸ ਮੂਵੀ ਦੇ ਵਿੱਚ? ਇੱਥੇ ਇਹਦੇ ਵਿੱਚ ਅਸੀਂ ਫਰੈਂਡ ਹਾਂ ਜੀ, ਔਰ ਫਰੈਂਡਸ਼ਿਪ ਤਾਂ ਉਸ ਦੇ ਵਿੱਚ ਵੀ ਨਜ਼ਰ ਆਉਂਦੀ ਹੈ ਜੀ। ਤੇ ਇਹਦੇ ਵਿੱਚ ਨਾਲ ਗੁਰਪ੍ਰੀਤ ਘੁੱਗੀ ਜੀ ਨੇ, ਔਰ ਬੜਾ ਵਧੀਆ ਜੀ ਮਾਹੌਲ ਜਦੋਂ ਤੁਸੀਂ ਦੇਖੋਗੇ। ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਵੀ ਕੀ ਕਰਦੇ ਆ, ਪਰ ਫਿਲਮ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਜ਼ਿਆਦਾ ਵਧੀਆ। 13 ਨੂੰ ਮੇਰੀ ਬਰਾਤ ਹੈ ਜੀ, ਸਾਰੇ ਜਣਿਆਂ ਨੂੰ ਖੁੱਲ੍ਹਾ ਸੱਦਾ ਵੀ ਸਹਿਜਤਾ ਵਰਗੇ ਸੋਹਣੇ ਸੋਹਣੇ ਬਣ ਕੇ, ਵਧੀਆ ਬਣ ਕੇ, ਵੈਨਿਊ ਹੈਗਾ ਜੀ ਸਿਨੇਮਾ ਘਰ, ਸਾਰੇ ਜਣੇ ਪਹੁੰਚੋ ਉੱਥੇ, ਫੁੱਲ ਔਨ ਮਸਤੀ ਕਰਾਂਗੇ, ਫਨ ਕਰਾਂਗੇ, ਪੂਰਾ ਹੱਸੋਗੇ, ਐਨ ਪੂਰਾ ਤ੍ਰਿਪਤ ਹੋ ਕੇ ਆਪਾਂ ਵਿਆਹ ਦੇ ਵਿੱਚੋਂ ਬਾਹਰ ਆਉਣਾ, ਪੂਰੇ ਭੰਗੜੇ ਪਾ ਕੇ ਜੀ, ਫਿਰ ਆਪਾਂ ਨਾਲੇ ਕੁੜੀ ਲੈ ਕੇ ਮੁੜਨਾ। ਲੋਕ ਤਾਂ ਦੂਜੇ ਵਿਆਹ 'ਚ ਹੋਰ ਨਵੀਂ ਕੁੜੀ ਲੱਗਦਾ, ਨਹੀਂ ਉਸੇ ਕੁੜੀ ਨਾਲ ਦੁਬਾਰੇ ਵਿਆਹ। ਪਹਿਲੇ ਉਹਦੇ 'ਚ ਤੁਹਾਨੂੰ ਇੱਕ ਪੰਡਤ ਫਸਾ ਦਿੰਦਾ ਗੁੱਤੀ ਦੇ ਨਾਲ ਵਿਆਹ ਕਰਨ ਵਾਸਤੇ, ਹੁਣ ਇਹਦੇ ਵਿੱਚ ਤਾਂ ਕੁਛ ਇੱਦਾਂ ਦਾ ਨਹੀਂ ਹੈ। ਇਹਦੇ 'ਚ ਹੈਗੇ ਨੇ ਕੁਛ, ਹੁਣ ਮੈਂ ਕਿਹਾ ਜਿਹੇ ਯਾਰ ਦੋਸਤ ਕੀ ਕਹਾਂ, ਕਿਹਾ ਜਿਹੇ ਯਾਰ ਦੋਸਤ ਹੈਗੇ ਨੇ ਜਿਹੜੇ ਮਰਵਾ ਦਿੰਦੇ ਨੇ ਟੀਮ। ਇਹ 13 ਤਰੀਕ ਨੂੰ ਦੇਖੋਗੇ, ਬਹੁਤ ਵਧੀਆ ਮੂਵੀ ਹੈ ਜੀ, ਅਤੇ ਇਹਦੇ ਵਿੱਚ ਜਿਸ ਤਰ੍ਹਾਂ ਅਸੀਂ ਦੋਨੇ ਤਾਂ ਹੈਗੇ ਹਾਂ ਜੀ, ਉਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਸਾਹਿਬ, ਜਸਵਿੰਦਰ ਭੱਲਾ ਸਾਹਿਬ, BN ਸ਼ਰਮਾ ਸਾਹਿਬ, ਅਤੇ ਆਪਣੇ ਤਰਸੇਮ ਪੌਲ ਸਾਹਿਬ, ਪ੍ਰਕਾਸ਼ ਗਾਧੂ ਸਾਹਿਬ, ਮਲਕੀਤ ਰੋਣੀ ਸਾਹਿਬ, ਰੂਪੀ ਮੈਡਮ ਸਾਡੇ ਥੀਏਟਰ ਡਿਪਾਰਟਮੈਂਟ 'ਚੋਂ ਸੀਨੀਅਰ ਨੇ ਜੀ ਉਹ, ਅਤੇ ਸੀਮਾ ਕੌਸ਼ਲ ਮੈਡਮ, ਉਪਾਸਨਾ ਸਿੰਘ ਮੈਡਮ, ਭੰਗੂ ਮੈਡਮ, ਸਾਰੇ ਹੈਗੇ ਨੇ ਜੀ ਇਹਦੇ ਵਿੱਚ, ਜ਼ਬਰਦਸਤ ਸਟਾਰ ਕਾਸਟ ਲੈ ਕੇ ਆਏ ਹੋ ਜੀ। ਬਿਲਕੁਲ ਬਿਲਕੁਲ, ਜੇ ਕੈਰੀ ਔਨ ਜੱਟਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗਿੱਪੀ ਗਰੇਵਾਲ ਹੀ ਨਹੀਂ ਹੈਗੀ, ਬਾਕੀ ਸਾਰੇ ਹੈਗੇ, ਉਹੀ ਰਹਿ ਗਏ ਗੱਲਾਂ। ਕੈਰੀ ਔਨ ਜੱਟਾ ਦੀ ਤੁਸੀਂ ਗੱਲ ਕੀਤੀ ਹੈ, ਕੈਰੀ ਔਨ ਜੱਟਾ 2 ਮੀਨਸ ਪੰਜਾਬੀ ਸਿਨੇਮਾ ਦੀ ਜੇਕਰ ਗੱਲ ਕੀਤੀ ਜਾਵੇ, ਕੈਰੀ ਔਨ ਜੱਟਾ 1 and 2 ਇੱਕ ਇੱਦਾਂ ਦਾ ਸੀਕੁਅਲ ਬਣ ਗਿਆ ਕਿ ਉਹ ਤੋਂ ਉੱਤੇ ਪੰਜਾਬੀ ਕਾਮੇਡੀ ਮੂਵੀ ਲੋਕ ਸਮਝਦੇ ਨਹੀਂ ਕਿ ਇਹ ਤੋਂ ਉੱਤੇ ਕੋਈ ਬਣ ਸਕਦੀ ਹੈ ਪੰਜਾਬੀ ਸਾਡੇ ਸਿਨੇਮਾ ਦੇ ਵਿੱਚ। ਉਹ ਤੋਂ ਇੱਕਦਮ ਬਾਅਦ ਵਧਾਈਆਂ ਜੀ ਵਧਾਈਆਂ ਲੈ ਕੇ ਆਉਣਾ, ਕਿੰਨਾ ਚੈਲੇਂਜਿੰਗ ਸੀ? ਬਹੁਤ ਚੈਲੇਂਜਿੰਗ, ਇਟਸ ਅ ਵੈਰੀ ਟਫ ਟਾਸਕ ਐਕਚੁਅਲੀ। ਉਹੀ ਸੀਗਾ ਜੇਕਰ ਵੀ ਕੈਰੀ ਔਨ ਜੱਟਾ 2 ਤੋਂ ਬਾਅਦ, ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਕੈਰੀ ਔਨ ਜੱਟਾ 2 ਵਾਸਤੇ ਸਾਰਿਆਂ ਦਾ ਬਹੁਤ ਰੀਣੀ ਹੈ, ਕਿਉਂਕਿ ਪੰਜਾਬੀ ਸਿਨੇਮਾ ਨੂੰ ਉਸ ਮੁਕਾਮ ਤੱਕ ਪਹੁੰਚਾਇਆ ਸਾਡੀ ਪਿਆਰੀ ਸਤਿਕਾਰ ਯੋਗ ਆਡੀਅੰਸ ਨੇ। ਅੱਜ ਤੱਕ ਦੀ ਜਾਣੀ ਦੀ ਬਲੋਕਬਾਸਟਰ ਮੂਵੀ ਹੋਈ ਹੈ, ਸਭ ਤੋਂ ਵੱਡੀ ਓਪਨਿੰਗ ਲਵਾਉਣ ਵਾਲੀ ਮੂਵੀ ਹੋਈ ਹੈ ਕੈਰੀ ਔਨ ਜੱਟਾ 2, ਐਂਡ ਅਸੀਂ ਆਪਦੇ ਆਪ ਨੂੰ ਬੜਾ ਸੁਭਾਗਾ ਫੀਲ ਕਰਦੇ ਹਾਂ ਵੀ ਉਹਦੇ ਅਸੀਂ ਪਾਰਟ ਹੈਗੇ ਉਸ ਮੂਵੀ ਦੇ, ਹੈ ਨਾ ਜੀ, ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ। ਅਤੇ ਹੁਣ ਉਸ ਤੋਂ ਬਾਅਦ ਜਿਹੜੀ ਆਪਦੇ ਆਪ ਵਿੱਚ ਤੁਹਾਨੂੰ ਦੱਸ ਰਿਹਾ ਵੀ ਉਸ ਤੋਂ ਬਾਅਦ ਦੀ ਗੱਲ ਕਰਨੀ ਕੋਈ ਵੀ ਇੱਕੋ ਦਾ ਮੂਵੀ ਲੈ ਕੇ ਆਉਣੀ ਕਿਵੇਂ ਕਰ ਸਕਦੇ ਹੋ ਤੁਸੀਂ? ਉਹ ਫਿਰ ਇੱਕੋ ਇੱਕ ਸਾਡੇ ਕੋਲ ਸਕ੍ਰਿਪਟ ਸੀਗੀ, ਵਧਾਈਆਂ ਜੀ ਵਧਾਈਆਂ, ਅਸੀਂ ਪਹਿਲਾਂ ਹੀ ਸੋਚ ਲਿਆ ਸੀ ਉਸ ਤੋਂ ਬਾਅਦ ਜੇ ਕੋਈ ਗੱਲ ਕਰਨੀ ਹੈ ਓਪਰ ਲੈਵਲ ਦੀ ਗੱਲ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਫਿਰ ਵੀ ਹਲਕੀ ਫੁਲਕੀ ਗੱਲ ਨਹੀਂ ਹੋਣੀ ਚਾਹੀਦੀ, ਸਦਾ ਉਸ ਤੋਂ ਉੱਤੋਂ ਦੀ ਗੱਲ ਜਾਣ ਦੀ ਆਪਦੇ ਜਾਣੇ, ਅਸੀਂ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਇਹ ਕੰਮ ਕਰਕੇ ਲੈ ਕੇ ਆਏ ਜੀ। ਚੱਲ ਪਿਆ ਵਾਰਾ ਕਰਦਾ ਕੋਲ, ਉਹ ਆਪ ਤਾਂ ਛੱਡਿਆ ਉਹਨਾਂ ਨਾਲ ਫਿਰੇਗਾ, ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ। ਤੁਸੀਂ ਕੁੜੀ ਲੱਭ ਕੇ ਦੋ ਯਾਰ ਦੋਸਤਾਂ, ਕੀ ਮੈਂ ਤਾਂ ਮਾਂ ਬਾਪ ਵੀ ਛੱਡੂ ਵੀ ਇਹੋ ਜਿਹੇ ਜੰਗਲਾਂ 'ਚ ਜਿੱਥੋਂ ਮੁੜ ਕੇ ਵਾਪਸ ਨਾ ਆ। ਅਤੇ ਲੋਕਾਂ ਦੀ ਉਮੀਦਾਂ ਵੀ ਬਹੁਤ ਜ਼ਿਆਦਾ ਨੇ, ਹੈ ਨਾ, ਇੱਕ ਮੂਵੀ ਆਉਂਦੀ ਹੈ। ਅਸੀਂ ਪੂਰੀ ਮਿਹਨਤ ਕੀਤੀ ਹੈ ਜੀ, ਅਤੇ ਮੈਨੂੰ ਲੱਗਦਾ ਵੀ ਅਸੀਂ ਪੂਰੀ ਅਸੀਂ ਲੋਕਾਂ ਦੇ ਪੂਰੇ ਖਰੇ ਉਤਰਾਂਗੇ ਜੀ।
ਇੱਕ ਖਾਸ ਅਗਰ ਮੂਮੈਂਟ ਦੇਖਿਆ ਜਾਵੇ ਇਸ ਫਿਲਮ ਦਾ, ਖਾਸ ਮੂਮੈਂਟ ਤੁਹਾਡੇ ਦੋਹਾਂ ਦਾ ਕਿਹੜਾ ਸੀਗਾ? ਸਾਡਾ ਤਾਂ ਹਰ ਰੋਜ਼ ਹੀ ਖਾਸ ਹੁੰਦਾ, ਹੁਣ ਤੁਹਾਡੇ ਆਉਣ ਤੋਂ ਪਹਿਲਾਂ ਵੀ ਖਾਸ ਹੀ ਚੱਲੀ ਜਾਂਦਾ ਹੁੰਦਾ। ਜ਼ਿੰਦਗੀ ਦਾ ਇੱਕ ਫਲਸਫਾ ਜਿਹਾ, ਦੇਖੋ ਜਿੱਦਾਂ ਅਸੀਂ ਇੱਦਾਂ ਹੀ ਰੱਖਿਆ, ਛੋਟਾ ਜਿਹਾ ਪਰਿਵਾਰ ਆ ਸਾਡਾ ਪੰਜਾਬੀ ਫਿਲਮ ਇੰਡਸਟਰੀ, ਅਤੇ ਸਾਰੇ ਜਾਣੇ ਆਪਸ ਦੇ ਵਿੱਚ ਬੜਾ ਪਿਆਰ ਮੋਹ ਮੁਹੱਬਤ ਇਤਫਾਕ ਦੇ ਨਾਲ ਰਹਿੰਦੇ ਨੇ ਜੀ, ਅਤੇ ਕੋਈ ਕਿਸੇ ਦੀ ਚੜ੍ਹਾਈ ਤੋਂ ਜਾਂ ਕੋਈ ਕਿਸੇ ਦੀ, ਜੇ ਤਾਂ ਥੱਲੇ ਕੋਈ ਦੱਬਦਾ ਉਹਦਾ ਹੱਥ ਫੜ ਕੇ ਉੱਤੇ ਖਿੱਚ ਲੈਂਦੇ ਨੇ, ਪਰ ਕਦੇ ਕਿਸੇ 'ਚ ਜੈਲਸ ਫੈਕਟਰ ਹੈ ਨਹੀਂ, ਬਹੁਤ ਪਿਆਰ ਬਹੁਤ ਸਤਿਕਾਰ ਨਾਲ ਰਹਿੰਦੇ ਨੇ, ਅਤੇ ਹਰ ਮੂਮੈਂਟ ਅਸੀਂ ਇੰਜੋਏ ਕਰਦੇ ਹਾਂ। ਅਤੇ ਉਸੇ ਤਰੀਕੇ ਜਿਹੜੀ ਸਾਡੀ ਇਹ ਕੈਮਿਸਟਰੀ, ਸਾਡੇ ਪਰਿਵਾਰ ਦੀ ਕੈਮਿਸਟਰੀ, ਤੁਹਾਨੂੰ ਵਧਾਈਆਂ ਜੀ, ਵਧਾਈਆਂ ਵਿੱਚ ਨਜ਼ਰ ਆਊਗੀ। ਐ ਰਾਤੋ ਰਾਤ ਕਿੱਥੇ ਭੱਗੀਆਂ ਤੇਰੀਆਂ ਅੱਖਾਂ? ਪੈਰ ਲੱਭ ਲਓ ਕਿੱਥੇ ਗਈਆਂ ਨੇ, ਉਹ ਮੈਨੂੰ ਨਹੀਂ ਦਿਖਦਾ ਯਾਰ। ਆਲੇ ਮਾਰ ਛਿੱਟੇ, ਚੱਲ ਚੱਲ, ਓਏ ਓਏ, ਹੱਥ ਵੀ ਇੰਨੇ ਹੋ ਗਏ ਤੇਰੇ, ਹਵਾ ਦੇ ਛਿੱਟੇ ਮਾਰੀ ਜਾਂਦਾ, ਜਾਗ ਉਧਰ ਹੈ। ਓਏ ਇੱਧਰ, ਓਏ ਇੱਧਰ, ਓਏ ਯਾਰ। ਇਹ ਤਾਂ ਤੁਸੀਂ ਆਪਣੀ ਗੱਲ ਕਰਤੀ ਕਿ ਰੋਜ਼ ਦਾ ਤੁਹਾਡੀ ਦੋਸਤੀ ਬਹੁਤ ਅੱਛੀ ਹੈ, ਐਸਾ ਹੀ ਐਵੇਂ ਹੀ ਰਹਿੰਦੀ ਹੈ, ਔਰ ਰੱਬ ਕਰੇ ਹਮੇਸ਼ਾ ਤੁਹਾਡੀ ਦੋਸਤੀ ਇੱਦਾਂ ਹੀ ਰਹੇ। ਲੇਕਿਨ ਖਾਸ ਕਰਕੇ ਮੂਵੀ ਦੀ ਜੇਕਰ ਮੈਂ ਗੱਲ ਕਰਾਂ, ਕਿਉਂਕਿ ਜਿੱਦਾਂ ਦੇ ਸੀਨਸ ਵੇਖ ਬਰਾਤਾਂ ਚੱਲੀਆਂ 'ਚ ਵੇਖਣ ਦੇ ਮਿਲੇ ਸੀ ਤੁਹਾਡੇ ਦੋਹਾਂ ਦੇ, ਕੁਛ ਇੱਦਾਂ ਦੇ ਸੀਨਸ ਵੀ ਤੁਸੀਂ ਕਹਿ ਰਹੇ ਹੋ ਕਿ ਵੇਖਣ ਨੂੰ ਮਿਲਣਗੇ, ਲੇਕਿਨ ਜਿਸ ਟਾਈਮ ਮੂਵੀ ਕਰਦੇ ਹਾਂ, ਹੈ ਨਾ, ਆਫ ਦਾ ਰਿਕਾਰਡ ਜੇਕਰ ਗੱਲ ਕਰੀਏ ਤਾਂ ਕੋਈ ਹਾਸੇ ਪਏ ਹੋਣ, ਸਭ ਤੋਂ ਜ਼ਿਆਦਾ ਮਜ਼ਾ ਆਇਆ? ਹਰ ਰੋਜ਼ ਦੀ ਗੱਲ ਹੁੰਦੀ ਸੀ, ਮੈਂ ਇੱਕ ਜਿਸ ਤਰ੍ਹਾਂ ਇੱਕ ਦਿਨ ਘੁੱਗੀ ਸਾਹਿਬ ਆਏ ਸੀਗੇ, ਘੁੱਗੀ ਸਾਹਿਬ ਜਿਵੇਂ ਡੇ ਟੂ ਨਾਈਟ ਸ਼ਿਫਟ ਹੋ ਰਹੀ ਸੀ, ਲਾਈਟ ਲੂਟ ਸਾਰਾ ਕੁਛ, ਤਾਂ ਇੱਕ ਜਿਹੜਾ ਕਰੂ ਹੁੰਦਾ ਜਾਂ ਟੈਕਨੀਸ਼ੀਅਨਸ ਹੁੰਦੇ ਨੇ ਜਾਂ ਲਾਈਟਿੰਗ ਵਾਲੇ ਲਾਈਟ ਡਿਪਾਰਟਮੈਂਟ ਹੁੰਦਾ ਸਾਰਾ, ਤਾਂ ਉਹਨਾਂ ਸਾਰਿਆਂ ਦੇ ਵਿੱਚ ਸਪੋਟ ਬੋਇਜ਼ ਹੋਏ, ਤਾਂ ਉਹਨਾਂ ਨੂੰ ਇੱਕ ਵਰਡ ਸੁਣਨਾ ਬੜਾ ਵਧੀਆ ਲੱਗਦਾ ਹੁੰਦਾ, ਪੈਕਅਪ। ਪੈਕਅਪ ਦਾ ਮਤਲਬ ਤਾਰਾਂ ਤੂਰਾਂ ਖਿੱਚ ਦੋ, ਦੇਖੋ ਨਾ ਵੀ ਕਿਹਨੇ ਕਿਹਾ। ਤਾਂ ਘੁੱਗੀ ਭਾਅ ਜੀ ਵੈਨਿਟੀ 'ਚੋਂ ਨਿਕਲੇ, ਲਾਈਟਾਂ ਲੂਟਾਂ ਲੱਗ ਰਹੀਆਂ ਸੀ, 2 ਘੰਟੇ ਲਾਈਟਿੰਗ ਹੁੰਦੀ ਨੂੰ ਹੋ ਗਏ ਸੀਗੇ, ਅਤੇ ਅੰਦਰ ਆ ਕੇ ਅਸੀਂ ਸ਼ੂਟ ਕਰਨਾ ਸੀ ਸ਼ੁਰੂ, ਅਤੇ ਜਦੋਂ ਆਏ ਨਾਲ ਦੀ ਨਾਲ ਆ ਕੇ ਉਹਨਾਂ ਨੇ ਇੱਕੋਦਮ ਕਿਹਾ, ਕਹਿੰਦੇ ਪੈਕਅਪ, ਜਦੋਂ ਤਾਰਾਂ ਤੂਰਾਂ ਕੱਢਤੀਆਂ। ਉਹ ਦੂਜੀ ਵਾਰੀ ਕਹਿਣਾ ਚਾਹੁੰਦੇ ਸੀ ਵੀ ਕਿੰਨੇ ਕੁ ਵਜੇ ਹੋਣਾ ਹੈ, ਉਹ ਕਿਸੇ ਨੇ ਸੁਣਿਆ ਨਹੀਂ, ਕਰੀ ਤਾਂ 2 ਘੰਟੇ ਲਾਈਟਾਂ ਲਵਾਉਣ ਨੂੰ ਲੱਗ ਗਏ। ਉਹ ਕਹਿੰਦੇ ਨਹੀਂ, ਇਹ ਤਾਂ ਘੁੱਗੀ ਸਾਹਿਬ ਨੇ ਪੁੱਛਿਆ ਸੀਗਾ ਵੀ ਕਿੰਨੇ ਕੁ ਵਜੇ ਹੋਣਾ ਹੈ, ਤੁਸੀਂ ਇਹਦੇ ਜਾ ਕੇ ਉਹਨਾਂ ਜਦੋਂ ਤੁਰਤੀਆਂ ਤਾਰਾਂ ਤੂਰਾਂ ਸਾਰੇ, 2 ਘੰਟੇ ਸਾਨੂੰ ਹੋਰ ਲੱਗ ਗਏ ਜੀ। ਅੱਛਾ, ਬੀਨੂ ਢਿੱਲੋਂ ਔਰ ਕਰਮਜੀਤ ਅਨਮੋਲ, ਸਕਰੀਨ 'ਤੇ ਕਿਰਦਾਰ ਤਾਂ ਸਾਰਿਆਂ ਨੂੰ ਪਤਾ, ਕੋਮੇਡੀ ਕਿੰਗ ਕਿਹਾ ਜਾਂਦਾ, ਕੋਈ ਵੀ ਪੰਜਾਬੀ ਮੂਵੀ ਹੈ ਦੋਹਾਂ ਦੇ ਬਿਨਾਂ ਤੁਹਾਡੇ ਅਧੂਰੀ ਹੈ। ਅਸੀਂ ਵਜ਼ੀਰ ਵਜ਼ੂਰ ਵੀ ਹੈ ਨਹੀਂ, ਤੁਸੀਂ ਕਿੰਗ ਕੁੰਗ ਸਾਡੀ ਹਵਾਨਾ ਖਰਾਬ ਕਰਦੇ ਹੋ, ਕਿੰਗ ਕੁੰਗ ਹੈ ਨਹੀਂ ਅਸੀਂ। ਹਾਂ ਠੀਕ ਆ, ਦਿਹਾੜੀ ਵਾਲੇ ਬੰਦੇ ਹਾਂ, ਆਪਦਾ ਕੰਮ ਕਰੀ ਜਾਂਦੇ, ਬੜੀ ਮਿਹਨਤ ਨਾਲ ਕਰਦੇ ਹਾਂ ਜੀ। ਔਰ ਦੂਜੀ ਗੱਲ, ਅਸੀਂ ਇਹ ਕਰਦੇ ਕਿਉਂ ਆ, ਕਿਉਂਕਿ ਸਾਨੂੰ ਹੋਰ ਕੋਈ ਕੰਮ ਆਉਂਦਾ ਨਹੀਂ। ਕਰਮਜੀਤ ਵੀਰ ਨੂੰ ਤਾਂ ਸਿੰਗਿੰਗ ਆਉਂਦੀ ਆ, ਔਰ ਬਾ ਕਮਾਲ ਇਨਸਾਨ ਹੈ, ਬਹੁਤ ਜ਼ਿਆਦਾ ਵਧੀਆ ਸਿੰਗਰ ਹੈ, ਪਿਆਰਾ। ਬਾ ਕਮਾਲ ਸਿੰਗਰ, ਹਾਂ ਬਾ ਕਮਾਲ ਸਿੰਗਰ, ਆਪਾਂ ਮੁਰੀਦ ਆ ਭਰਾ ਦੇ, ਅਤੇ ਐਕਟਰ ਫਨਕਾਰ ਬਹੁਤ ਵਧੀਆ, ਬਹੁਤ ਕਲਾਸਿਕ ਹੈ। ਇਹਦੇ ਕੋਲ ਤਾਂ ਹਜੇ ਫਿਰ ਵੀ 2 ਡਿਮੈਂਸ਼ਨਸ ਹੈਗੀਆਂ, ਮੇਰੇ ਕੋਲ ਤਾਂ ਕੰਮ ਹੀ ਨਹੀਂ ਹੈਗਾ ਕੋਈ ਹੋਰ, ਅਤੇ ਇਸੇ ਕਰਕੇ ਅਸੀਂ ਸਾਰੇ ਲੋਕ ਇਸ ਚੀਜ਼ ਨੂੰ, ਸਾਨੂੰ ਤੁਸੀਂ ਕਾਲੇ ਕੋਟ ਸੇਵਨ ਦੀ ਦੁਕਾਨ ਰੱਖ ਸਕਦੇ ਨਹੀਂ, ਪਰ ਗਰਮੀਆਂ 'ਚ ਕੀ ਕਰਿਆ ਕਰੂੰ, ਕਾਲੇ ਕੱਚੇ ਨਾਲ, ਕਾਲੇ ਕੱਚੇ ਵਾਲੇ ਨਹੀਂ ਹੁੰਦੇ ਸੀ ਪੰਜਾਬ 'ਚ, ਕਹਿਣਗੇ ਸ਼ੁਰੂ ਕਰਾਤਾ ਨਾ, ਤਾਂ ਉਹ ਚੱਕਰ ਹੈ ਜੀ ਵੀ ਆਪਦੇ ਕੰਮ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ, ਨਾਲੇ ਪੈਸ਼ਨ ਜਦੋਂ ਪ੍ਰੋਫੈਸ਼ਨ ਬਣਦਾ ਨਾ ਜੀ, ਫਿਰ ਬੜਾ ਮਜ਼ਾ ਆਉਂਦਾ, ਸਾਨੂੰ ਕੰਮ ਹੀ ਇਹ ਆਉਂਦਾ ਜੀ, ਇਸ ਕਰਕੇ ਉਹਨੂੰ ਮਿਹਨਤ ਨਾਲ ਅਸੀਂ ਕਰਦੇ ਹਾਂ। ਬਿਲਕੁਲ, ਹਰ ਕੰਮ 'ਚ ਸ਼ਿੱਦਤ ਚਾਹੀਦੀ ਹੁੰਦੀ, ਭਾਵੇਂ ਕੋਈ ਵੀ ਫੀਲਡ ਹੋਵੇ, ਕੋਈ ਵੀ ਕੰਮ ਕਿਉਂ ਨਾ ਹੋਵੇ। ਕਰਮਜੀਤ ਅਨਮੋਲ ਜੀ ਦੀ ਗੱਲ ਹੋਈ ਹੈ, ਐਜ਼ ਅ ਸਿੰਗਰ ਗੱਲ ਹੋਈ ਹੈ, ਅਗਰ ਇਸ ਮੂਵੀ 'ਚ ਵੇਖਿਆ ਜਾਏ, ਇਸ ਮੂਵੀ 'ਚ ਵੀ ਕੋਈ ਮਿਊਜ਼ਿਕ ਦਿੱਤਾ ਜਾਂ ਸੌਂਗ ਦਿੱਤਾ ਕਰਮਜੀਤ ਅਨਮੋਲ ਜੀ? ਹਾਂਜੀ ਹਾਂਜੀ, ਇੱਕ ਸੌਂਗ ਹੈਗਾ, ਪਰ ਮੈਨੂੰ ਹੁਣ ਇਹਨੇ 2-3 ਇੰਟਰਵਿਊਜ਼ ਕਰ ਲਈਆਂ ਸਾਡੀ ਫਿਲਮ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰ ਰਿਹਾ, ਮੈਂ ਪੂਰਾ ਬਣਾ ਕੇ ਲੈ ਕੇ ਆਉਣਾ ਗੱਲ ਵੀ ਫਲਾਣਾ ਸਿੰਘ ਦਾ ਗਾਣਾ, ਫਲਾਣਾ 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 ਦਾ ਗਾਣਾ, ਔਰ ਕਰਮਜੀਤ ਅਨਮੋਲ ਜੀ ਦਾ ਵੀ ਗਾਣਾ ਹੈਗਾ, ਕਹਿੰਦਾ ਨਾ ਕਿ ਮੇਰੇ ਯਾਦ ਨਹੀਂ ਆਪਣੀ ਮੂਵੀ ਦਾ ਗਾਣਾ। ਇਹ ਤਾਂ ਹੁਣ ਔਨ ਦਾ ਕੈਮਰਾ ਗਲਤ ਹੋ ਜਾਣਾ, ਤੁਹਾਨੂੰ ਗਾਣਾ ਤਾਂ ਪੈਣਾ। ਨਹੀਂ, ਗਾਣਾ ਆਪਾਂ ਹੋਰ ਗਵਾ ਲੈਂਦੇ ਹਾਂ, ਪਰ ਇਹ ਫਿਲਮ 'ਚ, ਇਹ ਫਿਲਮ 'ਚ ਦੇਖੋਗੇ ਕਲਾਸਿਕ ਸੌਂਗ ਹੈ ਜੀ, ਕਲਾਸਿਕ ਸੌਂਗ, ਬਹੁਤ ਜ਼ਿਆਦਾ ਸੋਹਣਾ ਸੌਂਗ ਹੈ ਜੀ। ਕਿਸ ਤਰ੍ਹਾਂ ਦੇ ਸੌਂਗਸ ਹੈ, ਰੋਮਾਂਟਿਕ ਸੌਂਗਸ ਨੇ, ਭੰਗੜਾ ਸੌਂਗਸ ਨੇ? ਭੰਗੜਾ ਸੌਂਗਸ, ਬੀਟ ਸੌਂਗ ਜ਼ਿਆਦਾ ਹੈਗੇ ਨੇ ਜੀ, ਵਿੱਚ ਰੋਮਾਂਟਿਕ ਸੌਂਗ ਵੀ ਹੈਗੇ ਨੇ ਜੀ। ਕਰਮਜੀਤ ਅਨਮੋਲ ਜੀ ਤੋਂ ਮੁੜ ਆਉਂਦੀਆਂ ਕਿ ਉਹਨਾਂ ਨੇ ਕਿਹੜਾ ਗੀਤ ਗਾਇਆ, ਇਹਨਾਂ ਤੋਂ ਯਾਦ ਹੋਣਾ, ਰਿਲੇਟ ਕਰ ਦਈਏ ਗੱਲ, ਟੱਪੇ ਗਾਏ ਨੇ ਜੀ ਬੜੇ ਵਧੀਆ, ਹੁਣ ਮੇਰੇ ਧਿਆਨ 'ਚ ਨਹੀਂ ਵੀ ਕਿਹੜੇ, ਉਹਦੇ ਨਾਲ ਰਿਲੇਟ ਕਰ ਦਈਏ ਸੁਣਾ ਦੋ। ਹਾਂ, ਉਹ ਜਿਵੇਂ ਪਹਿਲਾਂ ਸ਼ੇਰ ਸੀਗਾ, ਹਾਂ ਸ਼ੇਰ ਸੁਣਾ ਦੋ ਤੁਸੀਂ। ਮੈਨੂੰ ਕੁਛ ਨਹੀਂ ਆਉਂਦਾ ਜੀ, ਮੈਂ ਪਲੀਜ਼ ਹੁਣ ਮੈਨੂੰ ਨਹੀਂ ਨਹੀਂ, ਆਪਦਾ ਇੱਕ ਸ਼ੇਰ ਸੁਣਾ ਦੇ, ਕੋਈ ਵੀ ਕਿਸੇ ਦਾ ਸੁਣਾ ਦੇ, ਆਪਾਂ ਆਪਣੀ ਮੂਵੀ ਦਾ ਨਹੀਂ ਸੁਣਾਉਂਦੇ ਕਿਉਂਕਿ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ। ਐਕਚੁਅਲੀ ਪਤਾ ਕੀ, ਉਹ ਗਾਣਾ ਤਾਂ ਸੁਣਾ ਸਕਦੇ, ਉਹਦੇ 'ਚ ਤਾਂ ਡਿਸਕਲੋਜ਼ ਕਰਨ ਦਾ ਕੁਛ ਵੀ ਨਹੀਂ ਹੈਗਾ। ਨਹੀਂ, ਮੈਂ ਗਾਣਾ ਕੋਈ ਹੋਰ ਸੁਣਾ ਦਿੰਦਾ ਇੱਕ, ਮੈਨੂੰ ਨਾ ਸੀਰੀਅਸਲੀ, ਮੈਨੂੰ ਬੁਖਾਰ ਹੋਇਆ ਵਾ ਸੀਗਾ, ਮੇਰਾ ਗਲਾ ਨਹੀਂ ਠੀਕ, ਮੈਂ ਤਾਂ ਕਰਕੇ ਕੋਈ ਗੱਲ ਨਹੀਂ, ਪ੍ਰੇਜ਼ ਕਰਦਾ, ਕੋਈ ਨਹੀਂ, ਲੋਕੀ ਤਾਂ ਵੀ ਤੁਹਾਨੂੰ ਬਹੁਤ ਸਰਾਣਗੇ। ਚਲੋ ਮੈਂ ਪੁਰਾਣਾ ਹੀ ਆਪਣਾ ਗੀਤ ਸੁਣਾ ਦਿੰਦਾ ਇੱਕ। ਸੋ ਸੋ ਓ ਸੋਹਣਿਆ ਸੱਜਣਾ, ਸਾਹਮਣੇ ਆ
क्या बात है जी, क्या बात है। बिल्कुल करमजीत अनमोल जी का गाना यारा वे यारा अज भी मैनू लगता है कि शायद हर गड्डी विच ते हर कपल सुनांदा होना एक दूजे। बिल्कुल बिल्कुल है। अच्छा, इस मूवी दे होर मोमेंट्स दी जेकर गल करिए जाइए ते सब तो अच्छा मोमेंट केड़ा रहा पूरी मूवी दा? सारी मूवी जिहड़ी मूवी मेकिंग प्रोसैस है ही अपने आप विच ब्यूटीफुल प्रोसैस है जी, एक एंजॉयबल प्रोसैस है। असीं सारिया ने एक होंदी है ना जून कट्टणी, एक होंदी है हंडाउणी, असीं सारिया ने सारे करैक्टर्स ने मूवी हंडाई है। क्या बात है। और क्योंकि ਜਦੋਂ ਲੇਟਲੀ ਅਸੀਂ ਰੀਸੈਂਟਲੀ ਹੁਣੇ ਸ਼ੂਟ ਕਰਕੇ ਹਟੇ ਹਾਂ ਜੀ, ਉਦੋਂ ਟੈਂਪਰੇਚਰ ਸੀਗਾ ਇੱਕ ਦਿਨ 47-46 ਇਹਦੇ ਵਿੱਚ ਫਲੈਕਚੁਏਟ ਕਰ ਰਿਹਾ ਸੀਗਾ, 45 ਤੋਂ ਉੱਤੇ ਉੱਤੇ ਸੀਗਾ ਧੁੱਪ ਦੇ ਵਿੱਚ, ਅਤੇ ਜਦੋਂ ਲਾਈਟਸ ਨਾਲ ਆ ਜਾਂਦੀਆਂ ਤਾਂ 55 ਦੇ ਨੇੜੇ ਤੇੜੇ ਹੋ ਜਾਂਦਾ, 55-60 ਦੇ ਨੇੜੇ ਤੇੜੇ ਹੋ ਜਾਂਦਾ। ਤਾਂ ਪਰ ਜਦੋਂ ਆਪਸ 'ਚ ਸਾਡੀ ਜਿਹੜੀ ਕਮਿਸਟਰੀ ਆਪਸ 'ਚ ਪਿਆਰ ਸਾਰਿਆਂ ਦਾ ਹੈ ਨਾ, ਉਹ ਜਦੋਂ ਉਹ ਸਾਹਮਣੇ ਆਉਂਦਾ ਫਿਰ ਸਾਨੂੰ ਸਾਰੇ ਭਰਾਵਾਂ ਵੱਲੋਂ ਆਪਸ 'ਚੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਨੇ। ਔਰ ਜਦੋਂ ਕੰਸੈਪਟ ਕੰਟੈਂਟ ਬਹੁਤ ਸਟਰੋਂਗ ਹੋਵੇ ਫਿਰ ਤੁਸੀਂ ਇੰਜੋਏ ਕਰਦੇ ਹੋ, ਅਦਰਵਾਈਜ਼ ਤਾਂ ਤੁਸੀਂ ਕਹਿੰਦੇ ਹੋ ਵੀ ਛੱਡ ਫਟਾਫਟ ਮੇਰਾ ਕੰਮ ਨਿਬੇੜੋ ਯਾਰ ਚੱਲੀਏ। ਸਾਰੇ ਜਣੇ ਵਾਰੀ ਵਾਰੀ ਪੁੱਛਦੇ ਸੀ ਆਪਾਂ ਕਿੰਨਾ ਟਾਈਮ ਹੋਰ ਕਰਨਾ ਯਾਰ, ਕਰੋ ਸਾਰਾ ਨਿਬੇੜੋ ਕੰਮ ਕਰੋ ਜਿੱਦਾਂ ਕਰਨਾ ਤੁਸੀਂ। ਸ਼ੂਟਿੰਗ ਨੂੰ ਕਿੰਨਾ ਟਾਈਮ ਲੱਗਿਆ ਪੂਰਾ? ਜਿਹੜੇ ਸ਼ੂਟਿੰਗ ਡੇਟਸ ਹੈਗੇ ਨੇ ਉਹ 41 ਡੇਜ਼ ਹੈਗੇ ਨੇ ਇਹਦੇ ਜੀ, ਪਰ ਟੋਟਲ ਮੂਵੀ ਨੂੰ ਤਾਂ ਜਾਣੇ ਦੀ ਲੱਗ ਹੀ ਜਾਂਦੇ ਨੇ 6-7 ਮਹੀਨੇ ਤਾਂ ਲੱਗਦੇ ਨੇ ਜੀ। ਜਿਸ ਟਾਈਮ ਸਕ੍ਰਿਪਟ ਆਈ ਤੁਹਾਡੇ ਕੋਲ, ਵਧਾਈਆਂ ਜੀ ਵਧਾਈਆਂ, ਤਾਂ ਉਸ ਟਾਈਮ ਦਿਮਾਗ 'ਚ ਤੁਸੀਂ ਤਾਂ ਪ੍ਰੋਡਿਊਸਰ ਵੀ ਇਸ ਫਿਲਮ ਦੇ? ਬਿਲਕੁਲ ਨਹੀਂ, ਮੈਂ ਤਾਂ ਕਹਿੰਦਾ ਸਾਰੇ ਭੈਣ ਭਰਾ ਸਾਡੇ ਸਾਰੇ ਹੀ ਨੇ ਜੀ, ਅਤੇ ਏ ਐਂਡ ਏ ਐਡਵਾਈਜ਼ਰ ਜਿਹੜੇ ਇਹਦੇ ਵਿੱਚ ਹੈਗੇ ਸੀਗੇ ਜੀ ਕੈਰੀ ਓਨ ਜੱਟਾ ਵਿੱਚ, ਉਹ ਨਾਲ ਹੈਗੇ ਨੇ, ਅਤੇ ਨਾਲ ਮੇਰਾ ਆਪਦਾ ਪ੍ਰੋਡਕਸ਼ਨ ਹਾਊਸ ਜਾਣੇ ਦੀ ਸਾਡੇ ਸਾਰਿਆਂ ਦਾ ਪ੍ਰੋਡਕਸ਼ਨ ਹਾਊਸ ਨੋਟੀ ਮੈਨ ਪ੍ਰੋਡਕਸ਼ਨ ਹੈ। ਅਤੇ ਜਿਸ ਟਾਈਮ ਸਕ੍ਰਿਪਟ ਤੁਹਾਡੇ ਕੋਲ ਆਈ, ਅਗਰ ਕਰਮਜੀਤ ਅਨਮੋਲ ਜੀ ਦੀ ਗੱਲ ਕਰਦੇ, ਬੈਕ ਟੂ ਬੈਕ ਮੂਵੀਜ਼ ਚੱਲ ਰਹੀਆਂ, ਕਿਉਂਕਿ ਮੈਂ ਤਾਂ ਪਿੱਛੇ ਤੁਹਾਡਾ ਫੋਨ 'ਤੇ ਵੀ ਗੱਲ ਕੀਤੀ ਸੀ, ਪ੍ਰਭ ਮੈਂ ਬਿਜ਼ੀ ਹੈਗਾ, ਸ਼ੂਟਿੰਗ ਚੱਲ ਰਹੀ ਹੈ ਬਹੁਤ ਜ਼ਿਆਦਾ, ਅਤੇ ਇੰਨੇ ਬਿਜ਼ੀ ਹੋ, ਜਿਸ ਟਾਈਮ ਸਕ੍ਰਿਪਟ ਆਉਂਦੀ ਹੈ ਤਾਂ ਸਕ੍ਰਿਪਟ ਇੱਦਾਂ ਹੀ ਸਾਈਨ ਕਰ ਦਿੰਦੇ ਹੋ ਜਾਂ ਕੁਛ ਸੋਚਦੇ ਹੋ? ਨਹੀਂ, ਪਤਾ ਹੁੰਦਾ ਜੀ ਵੀ ਕਿਹੜਾ ਕੌਣ ਡਾਇਰੈਕਟ ਕਰ ਰਿਹਾ ਨਾ, ਕਿਹੜੇ ਕਲਾਕਾਰ ਨੇ ਵੀ ਵਧੀਆ ਪ੍ਰੋਡਕਟ ਹੀ ਨਾ ਸੁਣ ਕੇ ਹੋ ਜਾਂਦਾ। ਹੁਣ ਤਾਂ ਕਈ ਵਾਰੀ ਉਲਝ ਜਾਂਦਾ, ਕਹਿੰਦਾ ਇਹ ਕਿਹੜੀ ਸਕ੍ਰਿਪਟ ਪਈ ਹੈ ਸਾਹਮਣੇ, ਸਕ੍ਰਿਪਟ ਹੀ ਇੰਨੀਆਂ ਪਈਆਂ ਹੁੰਦੀਆਂ ਨੇ, ਕਹਿੰਦੇ ਨਹੀਂ ਇਹ ਤਾਂ ਹੋ ਚੁੱਕੀ ਹੈ। ਚੈਨੂ ਚੱਲ ਰਹੀ ਸੀ ਨਾ ਗੱਲ ਵੀ, ਕੋਈ ਖਾਸ ਮੂਮੈਂਟ ਦੱਸੋ, ਮੈਂ ਕਿਹਾ ਪਤਾ ਨਹੀਂ ਲੱਗਦਾ ਮਿਕਸ ਹੋ ਜਾਂਦੀ ਹੈ ਕਿਹੜੀ ਮੂਵੀ ਦੇ ਵਿੱਚ। ਭਰਾ ਨੂੰ ਬੜਾ ਬਿਜ਼ੀ ਰੱਖਿਆ ਪਰਮਾਤਮਾ ਨੇ, ਔਰ ਤੇਰਾ ਬਾਬਾ ਇੱਦਾਂ ਹੀ ਭਾਗ ਲਾਵੇ ਜੀ, ਬਹੁਤ ਬਹੁਤ ਵਧੀਆ। ਔਰ ਵੱਡੀ ਗੱਲ ਕੰਮ ਮਿਲਣਾ ਹੀ ਨਹੀਂ, ਕੰਮ ਉਸ ਤਰੀਕੇ ਨਾਲ ਕੰਮ ਨੂੰ ਡਿਲੀਵਰ ਕਰਨਾ, ਕਿਉਂਕਿ ਕਰਮਜੀਤ ਦਾ ਹਰੇਕ ਕਰੈਕਟਰ ਲੋਕ ਇੰਜੋਏ ਕਰਦੇ ਨੇ, ਔਰ ਵਿਲੱਖਣ ਕਰੈਕਟਰ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਰਮਜੀਤ, ਔਰ ਉਹ 'ਚ ਸਕਸੈਸਫੁਲ ਵੀ ਹੋਇਆ, ਲੋਕ ਬਹੁਤ ਪਿਆਰ ਕਰਦੇ ਆ ਜੀ। ਅੱਛਾ, ਬੀਨੂ ਢਿੱਲੋਂ ਜੀ ਦਾ ਕਾਲਾ ਕੋਟ ਵਾਲਾ, ਉਹ ਤਾਂ ਟ੍ਰੇਡਮਾਰਕ ਬਣ ਚੁੱਕਿਆ ਉਹ ਡਾਇਲੋਗ, ਹੈ ਨਾ? ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਤੁਹਾਡਾ ਕੋਈ ਡਾਇਲੋਗ ਵੀ ਲੋਕਾਂ ਦੇ ਮੂੰਹ 'ਤੇ ਚੜੇਗਾ? ਨਹੀਂ, ਡੈਫੀਨੇਟਲੀ ਜੀ, ਕਿਉਂਕਿ ਜਦੋਂ ਤੁਸੀਂ ਕਰੈਕਟਰ ਵਧੀਆ ਕਰਦੇ ਹੋ, ਐਕਚੁਲੀ ਜਦੋਂ ਕਰੈਕਟਰ ਨੂੰ ਲੋਕ ਇੰਜੋਏ ਕਰਦੇ ਨੇ ਨਾ ਜੀ, ਫਿਰ ਉਹਦਾ ਕੋਈ ਵੀ ਡਾਇਲੋਗ ਯਾਦ ਆਉਂਦਾ। ਜੇ ਕਰੈਕਟਰ ਹੀ ਪਹਿਲਾਂ, ਸਭ ਤੋਂ ਵੱਡੀ ਗੱਲ, ਪਹਿਲਾਂ ਫਿਲਮ ਹਿੱਟ ਹੋਣੀ ਚਾਹੀਦੀ ਹੈ, ਫਿਲਮ ਦੇ ਵਿੱਚ ਫਿਰ ਕਰੈਕਟਰ ਤੁਸੀਂ ਖੂਬਸੂਰਤ ਕੀਤਾ ਹੋਣਾ ਚਾਹੀਦਾ, ਫਿਰ ਉਹਦੇ ਡਾਇਲੋਗ ਯਾਦ ਰਹਿੰਦੇ ਨੇ ਜੀ। ਜਿਵੇਂ ਸ਼ੋਲੇ ਸੀ, ਸ਼ੋਲੇ ਦਾ ਤਾਂ ਉਹ ਨਹੀਂ ਯਾਦ ਕਰ ਸਕਦੇ ਕਿ ਉਂਦਲ ਸਾਹਿਬ ਦਾ, ਜਿਵੇਂ ਉਹ ਕਹਿੰਦੇ ਸੀ ਕਿ ਇਤਨਾ ਸਨਾਟਾ ਕਿਉਂ ਹੈ ਬਾਏ, ਦੇਖ ਲਓ, ਹੈ ਨਾ? ਅਤੇ ਹਰ ਇੱਕ ਕਲਾਕਾਰ ਦਾ ਡਾਇਲੋਗ ਉਹਦੇ 'ਚ ਯਾਦ ਰਹਿੰਦਾ ਵਾਰੀ ਵਾਰੀ, ਫਿਰ ਉਹ ਡਾਇਲੋਗ ਆਪਦੇ ਆਪ ਹੀ ਅਮਰ ਹੋ ਜਾਂਦੇ ਨੇ। ਬਿਲਕੁਲ। ਅੱਛਾ, ਇਹ ਤੋਂ ਬਾਅਦ ਜੇਕਰ ਗੱਲ ਕਰੀਏ, ਵਧਾਈਆਂ ਜੀ ਵਧਾਈਆਂ, ਕੋਈ ਹੋਰ ਮੂਵੀ ਜਿਹਦੇ ਤੁਸੀਂ ਦੋਵੇਂ ਇਕੱਠੇ ਨਜ਼ਰ ਆਉਣ ਵਾਲੇ ਹੋ? ਕਾਫੀ ਫਿਲਮਾਂ ਸਾਡੀ ਖਾਸੀ ਨੇ ਜੀ, ਸਾਡਾ ਅਸੀਂ ਇਸ ਤੋਂ ਬਾਅਦ ਇਕੱਠੇ ਆਵਾਂਗੇ ਜੀ 31 ਅਗਸਤ ਨੂੰ ਮਰ ਗਏ ਹੋਏ ਲੋਕੋ ਦੇ ਵਿੱਚ, ਗਿੱਪੀ ਗਰੇਵਾਲ ਤੇ ਸਾਰਿਆਂ ਦੀ ਫਿਲਮ ਹੈਗੀ ਹੈ ਜੀ। ਅਗਰ ਹੁਣੇ ਸਿਨੇਮਾ ਦੀ ਗੱਲ ਕੀਤੀ ਜਾਵੇ, ਪੰਜਾਬੀ ਫਿਲਮ ਇੰਡਸਟਰੀ ਇਸ ਟਾਈਮ ਅੱਛੇ ਗ੍ਰਾਫ 'ਤੇ ਜਾ ਰਹੀ ਹੈ, ਬਹੁਤ ਅੱਛੇ ਲੈਵਲ 'ਤੇ ਜਾ ਰਹੀ ਹੈ। ਪਹਿਲਾਂ ਹੁੰਦਾ ਸੀਗਾ ਕਿ ਮੁਸ਼ਕਿਲ ਨਾਲ 2-3 ਮਹੀਨੇ ਬਾਅਦ ਇੱਕ ਫਿਲਮ ਆਉਂਦੀ ਸੀ ਪੰਜਾਬੀ ਸਿਨੇਮਾ ਦੇ ਵਿੱਚ, ਹੁਣ ਹਰ ਹਫ਼ਤੇ ਕਈ ਵਾਰ 2-2, 3-3 ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਨੇ, ਇੰਨਾ ਜ਼ਿਆਦਾ ਗ੍ਰਾਫ ਵੱਧ ਚੁੱਕਿਆ। ਤੁਹਾਨੂੰ ਲੱਗਦਾ ਕਿ ਸਟਿਲ ਕਿਤੇ ਨਾ ਕਿਤੇ ਜਿਹੜੇ ਸੋਸ਼ਲ ਮੈਸੇਜ ਸੁਸਾਇਟੀ ਨੂੰ ਦੇਣੇ ਚਾਹੀਦੇ ਉਹ 'ਤੇ ਹਲੇ ਵੀ ਪੰਜਾਬੀ ਸਿਨੇਮਾ ਲੈਕ ਕਰ ਰਿਹਾ? ਨਹੀਂ ਨਹੀਂ, ਬਿਲਕੁਲ ਨਹੀਂ ਜੀ। ਮੇਰੇ ਹਿਸਾਬ ਨਾਲ ਮੈਂ ਸਮਝਦਾ ਜਿੰਨਾ ਵੱਡਾ ਕੰਟੈਂਟ, ਜਿੰਨਾ ਵੱਡੇ ਕੰਸੈਪਟ, ਜਿੰਨੇ ਵੱਡੀਆਂ ਸਕ੍ਰਿਪਟਸ ਪੰਜਾਬੀ ਦੇ ਵਿੱਚ ਹੈਗੀਆਂ ਉਹ ਹਿੰਦੀ ਦੇ ਵਿੱਚ ਹੈ ਨਹੀਂ, ਕਿਉਂਕਿ ਹਿੰਦੀ ਦੇ ਜਿਹੜਾ ਸਿਨੇਮਾ ਬਾਲੀਵੁੱਡ ਦਾ ਉਹਦੇ ਵਿੱਚ ਆਪਾਂ ਸਿਰਫ ਕਈ ਵਾਰੀ ਦੇਖਿਆ ਤੁਸੀਂ ਕਈ ਐਕਟਰੀ ਦੇਖਣ ਜਾਂਦੇ ਹੋ, ਸਲਮਾਨ ਦੀ ਫਿਲਮ ਆ ਰਹੀ ਹੈ, ਫਿਲਮ ਨਹੀਂ ਸੋਚਦੇ ਕਿਹੜੀ ਹੈ, ਸਲਮਾਨ ਦੀ ਫਿਲਮ ਆ ਰਹੀ ਹੈ, ਰਕਸ਼ੇ ਦੀ ਫਿਲਮ ਆ ਰਹੀ ਹੈ। ਲੇਕਿਨ ਪੰਜਾਬੀ ਸਿਨੇਮਾ 'ਚ ਵੀ ਇਹ ਬਣ ਚੁੱਕਿਆ ਕਿ ਬੀਨੂ ਢਿੱਲੋਂ ਹੈ, ਗੁਰਪ੍ਰੀਤ ਘੁੱਗੀ ਹੈ, ਗਿੱਪੀ ਗਰੇਵਾਲ ਹੈ, ਸਾਡੀਆਂ 50 ਫਿਲਮਾਂ ਫੇਲ ਵੀ ਹੋਈਆਂ ਨੇ, ਹੈ ਨਾ ਜੀ? ਅਤੇ ਉਹ ਕਿਉਂਕਿ ਸਾਡੇ ਕੰਟੈਂਟ ਦੇਖਦੇ ਆ ਸਾਰੇ, ਔਰ ਇੰਨੇ ਅਸੀਂ ਸਾਡੇ ਵਿਊਅਰ ਇੰਨੇ ਸ਼ਾਰਪ ਹੋ ਚੁੱਕੇ ਆ, ਜਦੋਂ ਪਹਿਲੇ ਦਿਨ ਪਹਿਲਾ ਸ਼ੋਅ ਚੱਲ ਰਿਹਾ ਹੁੰਦਾ ਤਾਂ ਅਸੀਂ ਸੋਸ਼ਲ ਇਹਦੇ 'ਤੇ ਮੈਸੇਜ ਨਾਲ ਹੀ ਆਪਾਂ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ ਤਾਂ ਇੰਟਰਵਲ ਤੱਕ ਆਪਾਂ ਦੱਸ ਦਿੰਦੇ ਹਾਂ, ਕਹਿੰਦਾ ਘੈਂਟ ਹੈ ਫਿਲਮ, ਹੋਏ ਮੈਂ ਦੂਜੀ ਵਾਰੀ ਵੀ ਦੇਖਣ ਆਊਂਗਾ, ਸਾਰੇ ਜਾਣੇ ਆ ਜਾਓ, ਇੱਕ ਕਹਿੰਦੇ ਨਾਲ ਹੀ, ਨਹੀਂ ਨਹੀਂ ਪੈਸਾ ਖਰਾਬ ਹੈ ਇਹ 'ਚ ਨਾ ਬੜਿਓ, ਤਾਂ ਉਹ ਬੜੀ ਕਲੈਰਿਟੀ ਹੈ। ਵਰਡ ਆਫ ਮਾਊਥ ਬੜਾ ਉਹਦੇ 'ਤੇ ਡਿਪੈਂਡ ਕਰਦਾ, ਵਰਡ ਆਫ ਮਾਊਥ 'ਤੇ ਵੀ ਤੁਸੀਂ ਫਿਲਮ ਕਿੱਦਾਂ ਦੀ ਬਣੀ ਹੈ, ਫਿਲਮ ਵਧੀਆ ਹੋ ਚਾਹੇ ਦੀ ਉਹ ਸੀਰੀਅਸ ਮੁੱਦੇ 'ਤੇ ਹੋਵੇ, ਚਾਹੇ ਦੀ ਉਹ ਮੈਸੇਜ ਵਾਲੀ ਮੈਸੇਜ ਨਾਲ ਭਰਪੂਰ ਹੋਵੇ, ਚਾਹੇ ਦੀ ਹਲਕੀ ਫੁਲਕੀ ਕੋਮੇਡੀ ਹੋਵੇ, ਪਰ ਜਦੋਂ ਫਿਲਮ ਵਧੀਆ ਉਹੀ ਵਰਕ ਕਰੂਗੀ।
ਜ਼ਰੂਰ ਹੈ ਕਿ ਅੱਜ ਕੱਲ੍ਹ ਦੀ ਡੇ ਟੂ ਡੇ ਲਾਈਫ ਵੇਖੀ ਜਾਵੇ ਤਾਂ ਬਹੁਤ ਜ਼ਿਆਦਾ ਸਟ੍ਰੈਸਫੁਲ ਹੈ ਹਰ ਕਿਸੇ ਦੀ, ਕਿਸੇ ਕੋਲ ਆਪਣੇ ਲਈ ਵੀ ਟਾਈਮ ਨਹੀਂ ਹੈ ਤਾਂ ਫੈਮਿਲੀ ਲਈ ਤਾਂ ਬਿਲਕੁਲ ਨਹੀਂ ਕੱਢ ਪਾਉਂਦਾ, ਅਤੇ ਕੋਮੇਡੀ ਹੋਣਾ, ਐਂਟਰਟੇਨਮੈਂਟ ਹੋਣਾ ਲਾਈਫ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਉਹ ਪੰਜਾਬੀ ਸਿਨੇਮਾ ਤੁਹਾਡੇ ਵਰਗੇ ਲੋਕ ਲੈ ਕੇ ਵੀ ਆ ਰਹੇ ਨੇ ਉਹਦੇ ਲਈ ਅਸੀਂ ਸਾਰੇ ਧੰਨਵਾਦੀ ਹਾਂ। ਲੇਕਿਨ ਕਿਤੇ ਨਾ ਕਿਤੇ ਸਿਰਫ ਅਗਰ ਵੇਖਿਆ ਜਾਵੇ ਸਭ ਤੋਂ ਜ਼ਿਆਦਾ 99% ਮੈਂ ਕਹੂੰਗੀ ਸਿਰਫ ਕੋਮੇਡੀ ਤੱਕ ਸੀਮਿਤ ਹੋ ਕੇ ਰਹਿ ਗਿਆ ਪੰਜਾਬੀ ਸਿਨੇਮਾ। ਪਤਾ ਕੀ ਚੱਕਰ ਹੈ ਜੀ, ਆਪਣੇ ਆਮ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਾਂ ਦੇਖਦੇ ਹਾਂ ਕਿਤੇ ਨਾ ਕਿਤੇ ਹੱਸਣਾ ਆਪਾਂ ਸਾਨੂੰ ਵਧੀਆ ਲੱਗਦਾ, ਹੈ ਨਾ ਜੀ, ਤਾਂ ਇੱਕ ਸ਼ੁਰੂ ਤੋਂ ਜਦੋਂ ਦੇ ਵੀ ਸਿਨੇਮਾ ਚੱਲਿਆ ਜੀ, ਚਾਹੇ ਉਹ ਹਿੰਦੀ ਸਿਨੇਮਾ ਹੋਵੇ ਜਾਂ ਪੰਜਾਬੀ ਸਿਨੇਮਾ ਹੋਵੇ, ਤਾਂ ਇੱਕ ਟੇਲ ਕੋਮੇਡੀਅਨਸ ਦੀ ਨਾਲ ਚੱਲੀ ਆਉਂਦੀ ਸੀ, ਇੱਕ ਲੇਅਰ ਨਾਲ ਨਾਲ ਤੁਸੀਂ ਇੱਕ ਗ੍ਰਾਫ ਬਣਾ ਕੇ ਵੀ ਹਲਕੀ ਫੁਲਕੀ ਜਦੋਂ ਮੂਵੀ ਉੱਤੇ ਥੱਲੇ ਹੁੰਦੀ ਤਾਂ ਉਹ ਜਿਹੜੇ ਫਿਲਰ ਦੇ ਤੌਰ 'ਤੇ ਕਮੇਡੀਅਨਸ ਨੂੰ ਰੱਖਿਆ ਜਾਂਦਾ ਸੀ, ਤਾਂ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਫਿਲਰਸ ਨੂੰ ਕਿਤੇ ਕਿਤੇ ਫਿਲਰ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ, ਹੈ ਨਾ ਜੀ, ਤਾਂ ਉਹ ਮੈਂ ਤਾਂ ਸਮਝਦਾ ਵੀ ਬਹੁਤ ਵਧੀਆ ਗੱਲ ਹੈ। ਔਰ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਇਕੱਲੀ ਕਮੇਡੀਅਨਸ ਰਹਿ ਗਏ ਜੇ ਕਮੇਡੀਅਨ ਜਿਹੜੇ ਕਮੇਡੀ ਮੂਵੀਜ਼ ਰਹਿ ਗਈਆਂ ਉਹ ਨਹੀਂ ਹੈਗਾ, ਪਰ ਕੰਟੈਂਟ ਆਪਣਾ ਬੜਾ ਸਟਰੋਂਗ ਹੈ, ਬੜੀ ਵਧੀਆ ਸਕ੍ਰਿਪਟ, ਬੜੀਆਂ ਵਧੀਆ ਨੇ ਕਮੇਡੀ ਦੇ ਵਿੱਚ। ਜਿਹੜਾ ਪੰਜਾਬੀ ਸਿਨੇਮਾ ਹੈ ਕਾਮੇਡੀ ਦੇ ਸਿਰ 'ਤੇ ਸ਼ੁਰੂ ਤੋਂ, ਇਹ ਅੱਜ ਦਾ ਨਹੀਂ, ਤੁਸੀਂ ਜਦੋਂ ਮਿੱਤਲ ਸਾਹਿਬ ਦੀਆਂ ਫਿਲਮਾਂ ਸੀਗੀਆਂ, ਜਿਹੜੀ ਫਿਲਮ ਦੇ ਵਿੱਚ ਮਿੱਤਲ ਸਾਹਿਬ ਨਹੀਂ ਸੀਗੇ ਅਤੇ ਉਹ ਡਿਸਟ੍ਰੀਬਿਊਟਰ ਨੂੰ ਫਿਲਮ ਨੂੰ ਰਿਜੈਕਟ ਕਰ ਦਿੰਦੇ ਸੀ, ਉਹਨਾਂ ਦੇ ਚਾਹੇ ਦੋ ਚਾਰ ਸੀਨ ਪਾ ਕੇ ਲਿਓ, ਮਿੱਤਲ ਸਾਹਿਬ ਜ਼ਰੂਰੀ ਨੇ, ਲੋਕ ਹੱਸਣਾ ਹੀ ਪਸੰਦ ਕਰਦੇ ਪੰਜਾਬੀਆਂ ਦੇ ਸੁਭਾਅ 'ਚ ਹੀ ਹੱਸਣ। ਆਪਣਾ ਵੈਸੇ ਵਿਟ ਲਾਊਡਰ ਆ ਜੀ ਆਪਾਂ ਪੰਜਾਬੀ, ਜਿੱਥੇ ਸੁਭਾਅ ਦੇ ਥੋੜ੍ਹਾ ਜਿਹਾ, ਹੈ ਨਾ, ਖਾਣ ਪੀਣ ਅਤੇ ਆਪਣੇ ਵਾਲੇ ਜਣ ਦੀ ਚੜ੍ਹਦੀਆਂ ਕਲਾਂ ਵਾਲੀ ਕੌਮ ਹੈ ਆਪਣੀ, ਚੜ੍ਹਦੀਆਂ ਕਲਾਂ 'ਚ ਰਹਿਣ ਵਾਲੇ ਵੀ ਠੀਕ ਹੈ, ਚਲੋ ਖੁਸ਼ ਰਹੋ, ਰੋਂਦੇ ਧੋਂਦੇ ਇਹਨਾਂ ਨੂੰ ਇਹ ਲੱਗਦਾ ਵੀ ਹਾਂ ਰੱਬ ਕੰਜੂਸੀ, ਐਂ ਜੇ ਕੰਜੂਸੀ ਵਾਲੇ ਨਹੀਂ ਸਿਸਟਮ ਹੈਗਾ, ਤਾਂ ਪੂਰੇ ਚੜ੍ਹਦੀਆਂ ਕਲਾਂ ਵਾਲੇ ਸਿੰਘ ਨੇ ਆਪਣੇ ਸਾਰੇ। ਅੱਛਾ, ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਐਕਟ ਹੋਣਾ ਚਾਹੀਦਾ ਇਸ ਮੂਵੀ ਦਾ ਹੀ, ਜਿਹੜਾ ਤੁਹਾਡੇ ਦੋਵਾਂ ਦਾ ਆਪਸ ਵਿੱਚ ਉਸ ਮੂਵੀ 'ਚ ਹੈਗਾ, ਛੋਟਾ ਜਿਹਾ ਆਪਸ 'ਚ ਤਾਂ ਨਹੀਂ, ਤੁਹਾਨੂੰ ਇਹਦਾ ਡਾਇਲੋਗ ਸੁਣਾ ਦਿੰਦਾ, ਕਹਿੰਦਾ ਮੈਨੂੰ ਲੱਗਦਾ ਕਹਿੰਦਾ ਮੈਨੂੰ ਲੱਗਦਾ ਮੇਰੇ ਮੰਮੀ ਡੈਡੀ ਨੇ ਸਕੀਮ ਲਾ ਕੇ ਜੰਮਿਆ ਵੀ ਇੱਕ ਇਹੋ ਜਿਹਾ ਮੁੰਡਾ ਜੰਮਿਆ ਜਿਹਦੀ ਦਿਨ ਰਾਤ ਦੱਬ ਕੇ ਬੇਇੱਜ਼ਤੀ ਕਰੀਏ, ਜੇ ਇਹੀ ਇੰਨੀ ਉਹ ਮਿਹਨਤ ਮੇਰੇ ਵਿਆਹ 'ਤੇ ਕੀਤੀ ਹੁੰਦੀ, ਹੁਣ ਨੂੰ ਮੈਂ ਜਵਾਕ ਜੱਲੇ ਵਾਲਾ ਹੁੰਦਾ। ਨਾ ਤੁਸੀਂ ਦੋਨਾਂ ਨੇ ਸਕੀਮ ਲਾ ਕੇ ਜੰਮਿਆ ਮੈਨੂੰ ਵੀ ਕਿਹੋ ਜਿਹਾ ਮੁੰਡਾ ਜੰਮੀਏ ਜਿਹਦੀ ਦਿਨ ਰਾਤ ਦੱਬ ਕੇ ਬੇਇੱਜ਼ਤੀ ਕਰੀਏ, ਜੇ ਇੰਨੀ ਮਿਹਨਤ ਮੇਰੇ ਵਿਆਹ 'ਤੇ ਕੀਤੀ ਹੁੰਦੀ, ਹੁਣ ਨੂੰ ਮੈਂ ਜਵਾਕ ਜੱਲੇ ਵਾਲਾ ਹੁੰਦਾ। ਉਹ ਉਹਨੂੰ ਲੈ ਕੇ ਮੁੱਦਾ ਜੀ, ਸਾਡੇ ਸਾਰੇ ਪਰਿਵਾਰ, ਸਾਡੇ ਵਾਲੇ ਰਿਸ਼ਤੇਦਾਰ, ਸਾਡੇ ਜਿਹੜੇ ਫਰੈਂਡ ਸਰਕਲ, ਸਾਰਿਆਂ ਦਾ ਇਹੀ ਜ਼ੋਰ ਲੱਗਿਆ ਹੈ ਵੀ ਕਿਵੇਂ ਨਾ ਕਿਵੇਂ ਵਿਆਹ ਜਾਈਏ। ਬਸ ਵਿਆਹ ਦੀ ਤੁਸੀਂ ਗੱਲ ਕੀਤੀ ਹੈ, ਤੁਹਾਡੇ ਵਿਆਹ ਦੀ ਗੱਲ ਕਰੀਏ, ਤੁਸੀਂ ਕਿਹਾ ਕਿ ਤੁਸੀਂ ਬਰਾਤ ਲੈ ਕੇ ਜਾ ਰਹੇ ਹੋ, ਕੁੜੀ ਵਾਪਸ ਲੈ ਕੇ ਆਉਣੀ ਹੈ, ਉਹਦੇ ਵਿੱਚ ਤੁਸੀਂ ਕਿਹਾ ਕਿ ਇਹੋ ਜਿਹੇ ਦੋਸਤ ਨੇ ਜਿਹੜੇ ਬਹੁਤ ਜ਼ਿਆਦਾ ਕੁੱਤਾਖਾਨੀ ਕਰਦੇ ਨੇ ਜਿਵੇਂ ਤੁਸੀਂ ਕਿਹਾ, ਅਤੇ ਤੁਹਾਡਾ ਕੋਈ ਖਾਸ ਡਾਇਲੋਗ ਜਿਹੜਾ ਉਸ ਟਾਈਮ 'ਤੇ ਤੁਸੀਂ ਉਹਨਾਂ ਦੋਸਤਾਂ ਤੋਂ ਬਚਣ ਲਈ ਕਹਿੰਦੇ ਹੋ? ਨਹੀਂ, ਮੈਂ ਤਾਂ ਇੱਕਦਮ ਉਹੀ ਕਹਿਣਾ, ਕਿਉਂਕਿ ਇੱਕ ਉਹ 'ਚ ਵੀ ਸੀਨ ਦੇ ਵਿੱਚ ਵੀ ਹੈਗਾ ਜਿੱਥੇ ਮੈਂ ਇਹਨੂੰ ਕਹਿਣਾ, ਇਹ ਕਹਿੰਦਾ ਕਹਿੰਦਾ ਅੰਨਾ ਕਹਿੰਦਾ ਤੂੰ ਤਾਂ ਇੱਕ ਪਹਿਲਾਂ ਹੀ ਅੰਨਾ, ਉੱਤੋਂ ਅਗਲੇ ਕੁੱਟਣਗੇ ਵੀ ਅੰਨੇ, ਕਹਿੰਦਾ ਹਾਂ, ਕਹਿੰਦਾ ਇੱਕ ਤਾਂ ਤੂੰ ਪਹਿਲਾਂ ਹੀ ਇੰਨਾ, ਅਗਲੇ ਕੁੱਟਣਗੇ ਵੀ ਅੰਨੇ, ਬਾਕੀ ਮੈਨੂੰ ਲੱਗਦਾ, ਮੈਂ ਕਿਹਾ ਮੇਰੇ ਨਾਲ ਹੀ ਰਿਹੋ ਯਾਰ। ਜੇ ਵਿਆਹ 'ਚ ਕਿਸੇ ਨੂੰ ਪਤਾ ਲੱਗ ਗਿਆ, ਬਰਾਤ ਦਾ ਨਹੀਂ ਪਤਾ ਲੱਗਣਾ ਕਿੱਧਰ ਗਈ ਹੈ। ਸਹੀ ਗੱਲ ਹੈ, ਇੱਕ ਤਾਂ ਭਰਾਵਾ ਤੂੰ ਹੈ ਅੰਨਾ, ਉੱਤੋਂ ਅਗਲਾ ਨੇ ਕੁੱਟਣਾ ਵੀ ਆਪਾਂ ਨੂੰ ਅੰਨੇ ਵਾਹੀ ਹੈ। ਸੁੱਖੀ ਇਕੱਠੇ ਰਹੋ ਯਾਰ, ਚੱਲ ਆ, ਅਸੀਂ ਦੁੱਖ ਸੁੱਖ ਦੇ ਸਾਥੀ ਆ, ਕੁੱਟ ਛੁੱਟਦੇ ਨੇ। ਮੀਨਸ ਅਗਰ ਰੀਅਲ ਲਾਈਫ ਦੀ ਜੇਕਰ ਗੱਲ ਕੀਤੀ ਜਾਵੇ, ਹੈ ਨਾ, ਬੀਨੂ ਢਿੱਲੋਂ ਜਿੱਦਾਂ ਸਕਰੀਨ 'ਤੇ ਨਜ਼ਰ ਆਉਂਦੇ ਨੇ, ਸਾਰਿਆਂ ਨੂੰ ਹਸਾਉਂਦੇ ਹੋਏ, ਸਾਰਿਆਂ ਦੇ ਢਿੱਡੀ ਪੀੜਾਂ ਪਾ ਦਿੰਦੇ ਨੇ ਹਸਾ ਹਸਾ ਕੇ ਆਪਣੇ ਡਾਰਲਿੰਗਸ ਨਾਲ, ਰੀਅਲ ਲਾਈਫ ਵਿੱਚ ਆਪਣੀ ਫੈਮਿਲੀ ਦੇ ਨਾਲ, ਆਪਣੇ ਦੋਸਤਾਂ ਨਾਲ ਲੈਂਦੇ? ਉਸ ਤੋਂ ਜ਼ਿਆਦਾ ਫਨ ਕਰਦੇ ਜੀ, ਉਹ ਤਾਂ ਫਿਰ ਵੀ ਦਾਇਰੇ ਵਿੱਚ ਰਹਿ ਕੇ ਕਰਦੇ ਹਾਂ, ਉਹ ਤਾਂ ਅਸੀਂ ਫਨ ਆਲਵੇਜ਼ ਇੱਕ ਫਲਸਫਾ ਰੱਖਿਆ ਹੋਇਆ ਜ਼ਿੰਦਗੀ ਦੇ ਵੀ ਖੁਸ਼ ਰਹੋ ਬਸ, ਅਤੇ ਦੂਜੀ ਗੱਲ ਜੇ ਤੁਸੀਂ ਕਿਸੇ ਨੂੰ ਜ਼ਿਆਦਾ ਵੱਡੀ ਖੁਸ਼ੀ ਨਹੀਂ ਦੇ ਸਕਦੇ, ਘੱਟੋ ਘੱਟ ਮੁਸਕਾਨ ਤਾਂ ਦੇ ਹੀ ਸਕਦੇ ਹੋ ਤੁਹਾਨੂੰ ਦੇਖ ਕੇ, ਔਰ ਵੀ ਆਰ ਬਲੈਸਡ, ਜਿੰਨੇ ਵੀ ਕਮੇਡੀਅਨਸ ਹੈਗੇ ਨੇ, ਕਰਮਜੀਤ ਅਨਮੋਲ ਕਿਤੇ ਜਾਂਦਾ, ਜਸਵਿੰਦਰ ਭੱਲਾ ਸਾਹਿਬ, ਬੀ ਐਨ ਸ਼ਰਮਾ ਸਾਹਿਬ, ਜਾਂ ਕਿਤੇ ਕੋਈ ਐਕਟਰ ਜਦੋਂ 10 ਜਣਿਆਂ 'ਚ ਉਤਰੋ ਜਾਂ ਹੋਰ ਕਿਤੇ, ਚਿਹਰੇ 'ਤੇ ਨਿਖਾਰ, ਉਹ ਵੱਖਰੀ ਤਰ੍ਹਾਂ ਦਾ ਇੱਕ ਅੱਖਾਂ 'ਚ ਸਮਾਈਲ, ਉਹਦੇ ਫੇਸ ਤੋਂ ਪਤਾ ਲੱਗ ਜਾਂਦਾ ਵੀ ਪਿਆਰ ਕਰਦਾ ਯਾਰ, ਕਿੰਨਾ ਵਧੀਆ ਤਰੀਕੇ ਨਾਲ, ਹੈ ਨਾ, ਤਾਂ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕਦੇ ਨਹੀਂ, ਅੱਜ ਕੱਲ੍ਹ ਇੱਦਾਂ ਦੀ ਲਾਈਫ ਹੈ, ਇੱਕ ਦੂਜੇ ਨੂੰ ਦੇਖ ਕੇ ਮੱਥੇ 'ਤੇ ਤਿਉੜੀਆਂ ਪਾ ਲੈਂਦੇ ਆ। ਬਿਲਕੁਲ, ਬੀਨੂ ਢਿੱਲੋਂ ਦੀ ਫਿਲਮ ਆਈ ਦੁੱਲਾ ਭੱਟੀ ਜੀ, ਗੱਲ ਕਰੀਏ ਤੇ ਚੰਨੂ, ਹੈ ਨਾ, ਇਹੋ ਜਿਹੀ ਫਿਲਮਾਂ ਜਿਹਦੇ 'ਚ ਲੀਡ ਰੋਲ ਨਿਭਾਇਆ, ਇੱਕ ਸੀਰੀਅਸ ਰੋਲ ਵੀ ਨਿਭਾਇਆ, ਉਹ ਲੋਕਾਂ ਨੇ ਇੰਨਾ ਪਸੰਦ ਨਹੀਂ ਕੀਤਾ। ਨਹੀਂ ਨਹੀਂ, ਉਹ ਚੰਨੂ ਨੂੰ ਪਸੰਦ ਕੀਤਾ ਸੀ, ਦੁੱਲਾ ਭੱਟੀ ਤੇ ਬਾਈ ਲਾਰਸ ਨੂੰ ਪਸੰਦ ਨਹੀਂ ਕੀਤਾ ਸੀ, ਚੰਨੋ ਚੰਨੋ ਵਧੀਆ ਰਹੀ ਸੀ, ਚੰਨੋ ਬਹੁਤ ਵਧੀਆ ਰਹੀ ਸੀ ਮੂਵੀ, ਤੇ ਮੀਨਸ ਲੋਕੀ ਦੇਖਣਾ ਹੀ ਨਹੀਂ ਚਾਹੁੰਦੇ ਬੀਨੂ ਨੂੰ ਸੀਰੀਅਸ, ਹਾਂ ਨਹੀਂ ਦੇਖਣਾ ਚਾਹੁੰਦੇ, ਹਾਂਜੀ ਨਹੀਂ ਦੇਖਣਾ, ਇੱਕ ਕਲੈਰਿਟੀ ਹੈ, ਨਹੀਂ ਦੇਖਣਾ ਚਾਹੁੰਦੇ ਜੀ, ਮੇਰੀ ਦੇਖਣਾ ਚਾਹੁੰਦੇ ਕਿਤੇ ਨਾ ਕਿਤੇ, ਪਤਾ ਕਿ ਦੇਖਣ ਵਾਲੀ ਗੱਲ ਨਹੀਂ ਜੀ, ਕਿਤੇ ਨਾ ਕਿਤੇ ਉਹ ਥੋੜ੍ਹੀ ਜਿਹੀ ਫਿਲਮ ਵੀ ਠੀਕ ਨਹੀਂ ਬਣੀ ਸੀ, ਦੁੱਲਾ ਭੱਟੀ ਵੀ ਠੀਕ ਨਹੀਂ, ਸਭ ਤੋਂ ਡਿਲੀਵਰ ਨਹੀਂ ਠੀਕ ਹੋਈ, ਐਗਜੀਕਿਊਟ ਐਗਜੀਕਿਊਸ਼ਨ 'ਚ ਬੜੀ ਉਹਦੀਆਂ ਕਮੀਆਂ ਸੀਗੀਆਂ, ਇਹੀ ਸਭ ਤੋਂ ਬਾਈ ਲਾਸਟ ਚੀਜ਼ ਨੂੰ ਮੇਨ
ਉੱਥੇ ਤੁਸੀਂ ਕਮੇਡੀ ਕਰਨ ਦੀ ਕੋਸ਼ਿਸ਼ ਕਰ ਜਾਂਦੇ ਹੋ ਤਾਂ ਖਤਮ ਹੋ ਜਾਂਦਾ, ਜਾਂ ਜਿੱਥੇ ਕਮੇਡੀ ਨਿਕਲ ਰਹੀ ਹੈ ਉੱਥੇ ਤੁਸੀਂ ਰਵਾਉਣ ਦੀ ਫੀਲ ਕਰਾ ਜਾਂਦੇ ਹੋ, ਜਾਂ ਦੋਨੇ ਚੀਜ਼ਾਂ ਨੂੰ ਛੱਡ ਕੇ ਤੁਸੀਂ ਰੋਮਾਂਟਿਕ ਐਂਗਲ 'ਤੇ ਲੈ ਜਾਂਦੇ ਹੋ ਵੀ ਇੱਥੇ ਮੈਂ ਤਸੱਲੀ ਕਰਾ ਦੂੰਗਾ, ਇੱਥੇ ਬਹੁਤ ਵਧੀਆ ਹੁੰਦਾ, ਤਾਂ ਉੱਥੇ ਕਿਤੇ ਨਾ ਕਿਤੇ ਲੈਕ ਹੋ ਜਾਂਦਾ। ਵੈਸੇ ਤਾਂ ਅਗਰ ਹਰ ਆਰਟਿਸਟ ਦੀ ਗੱਲ ਕੀਤੀ ਜਾਵੇ ਤਾਂ ਹਰ ਆਰਟਿਸਟ ਦੇ ਲਈ ਉਹਦੀ ਫਿਲਮਾਂ ਉਹਦੇ ਬੱਚੇ ਵਾਂਗੂ ਹੁੰਦੀਆਂ, ਕਿਉਂਕਿ ਉਹਨੇ ਬਹੁਤ ਸ਼ਿੱਦਤ ਦੇ ਨਾਲ ਉਹ ਕਰੈਕਟਰ ਪਲੇ ਕੀਤਾ ਹੁੰਦਾ। ਜੇ ਤੁਸੀਂ ਕੋਈ ਵੀ ਇੱਕ ਕੁਐਸਚਨ ਤੁਹਾਡੇ ਦੋਹਾਂ ਦੇ ਲਈ ਹੈ ਕਿ ਕੋਈ ਵੀ ਕਰੈਕਟਰ ਪਲੇ ਕਰਦੇ ਹੋ, ਉਸ ਕਿਰਦਾਰ 'ਚੋਂ ਫਿਰ ਵਾਪਸ ਮੁੜ ਨਿਕਲਣ ਦੇ ਲਈ ਤੁਹਾਨੂੰ ਕੀ ਕਰਨਾ ਪੈਂਦਾ, ਕਿੰਨਾ ਕੁ ਸਮਾਂ ਲੱਗ ਜਾਂਦਾ ਉਸ ਕਿਰਦਾਰ ਤੋਂ ਮੁੜ? ਕੁਛ ਵੀ ਨਹੀਂ, ਕਾਰ ਚੱਕੋ, ਘਰੇ ਚਲੋ। ਖਾਸ ਕਰਕੇ ਦੱਸਦਾ ਵੀ ਇਹ ਤਾਂ ਜਦੋਂ ਮੈਂ ਯੂਨੀਵਰਸਿਟੀ ਇਹਦੇ ਕੋਲ ਆਉਂਦਾ ਸੀਗਾ ਤੇ ਉੱਥੇ ਜਾ ਕੇ ਕਹਿਣਾ, ਮੈਂ ਕਈ ਵਾਰ ਗੱਲ ਦੱਸੀ ਹੈ ਵੀ ਇਹਨੇ ਪੁੱਛਣਾ, ਹਾਂ ਕਰਨ ਵੀ ਤਾਂ ਚਾਹ ਪੀਏਗਾ? ਮੈਂ ਕਹਿੰਦਾ ਵੀ ਬੰਦਾ ਦੂਰੋਂ ਆਇਆ, ਮੈਂ ਕਿਹਾ ਹਾਂ ਪੀਊਂਗਾ, ਐਂ ਕਰੋ ਕਾਫੀ ਹਾਊਸ ਦੇ ਸਾਹਮਣੇ ਜਾ ਪੀਆ, ਮੈਂ ਇੱਥੇ ਖੜਾ। ਇਹ ਬੜੇ ਸਾਰੇ ਸ਼ਰਾਰਤੀ ਸੀ ਸਾਰੇ। ਵੀ ਫਿਰ ਮੈਂ ਤੇਰੇ ਪੁੱਛਣ ਦਾ ਕੀ ਮਤਲਬ ਸੀ ਮੈਨੂੰ? ਵੀ ਉਹ ਇਹ ਕਿਰਦਾਰ ਤਾਂ ਆਮ ਜ਼ਿੰਦਗੀ ਦੇ ਵਿੱਚ ਰਹਿੰਦੇ ਆ ਨਾ, ਸ਼ੁਰੂ ਤੋਂ ਇੱਦਾਂ ਹੀ ਰਿਹਾ। ਨਾਲੇ ਪਤਾ ਕੀ ਚੱਕਰ, ਜਿਹੜੇ ਕਰੈਕਟਰ ਦੇ ਵਿੱਚ ਰਹਿਣਾ, ਕਰੈਕਟਰ ਦੇ ਵਿੱਚ ਸਵਿੱਚ ਆਫ ਸਵਿੱਚ ਆਨ ਕਰਨਾ, ਉਹ ਇੱਕ ਕਲਾਕਾਰ ਤਾਂ ਬਿਲਕੁਲ ਉਹ ਫਰਕ ਤਾਂ ਹੁੰਦਾ, ਹੈਂਗਓਵਰ ਤਾਂ ਉਸ ਚੀਜ਼ ਦਾ ਰਹਿੰਦਾ ਹੀ ਹੈ। ਪਰ ਜਿਵੇਂ ਤੁਹਾਡੀ ਬੈਕ ਟੂ ਬੈਕ ਸ਼ੂਟਿੰਗਸ ਵੀ ਹੁੰਦੀਆਂ, ਤੁਸੀਂ ਇੱਕ ਕਿਰਦਾਰ ਤੋਂ ਨਿਕਲੇ ਹੋ, ਫਿਰ ਅਗਲਾ ਕਿਰਦਾਰ ਦੂਜੀ ਮੂਵੀ ਦੇ ਲਈ ਤੁਸੀਂ ਪਲੇ ਕਰਨਾ, ਉਹ ਨਿਭਾਉਣਾ, ਤਾਂ ਉਹਦੇ 'ਚ ਕੁਛ ਡਿਫਰੈਂਸ਼ੀਏਟ ਨਹੀਂ ਹੁੰਦਾ? ਇਹੀ ਤਾਂ ਕਲਾ ਜੀ, ਇਹ ਜੇ ਇਹੀ ਮਿਕਸ ਮੈਚ ਕਰਨ ਲੱਗੇ ਫਿਰ ਫਸ ਜਾਣਾ। ਜੇਕਰ ਇੱਕ ਮੈਂ ਇੱਕ ਡਾਇਰੈਕਟਰ ਕੋਲ ਬੈਠਾ, ਇੱਕ ਬੰਦਾ ਕਹਿੰਦਾ ਸੁਣਿਆ ਜੀ, ਤਾਂ ਫਿਰ ਡਾਇਰੈਕਟਰ ਦਾ ਬੜਾ ਵਧੀਆ ਜਵਾਬ ਸੀਗਾ, ਤਾਂ ਉਹ ਤਾਂ ਵੈਸੇ ਇੰਪ੍ਰੈਸ ਕਰ ਰਿਹਾ ਸੀ ਡਾਇਰੈਕਟਰ ਨੂੰ ਵੀ ਅਗਲੀ ਫਿਲਮ ਵੀ ਮੈਨੂੰ ਮਿਲੂਗੀ ਇਹ, ਤਾਂ ਉਹ ਕਹਿੰਦਾ ਜਿਹੜਾ ਜਿਹੜਾ ਉਹ ਜਦੋਂ ਆਪਣੇ ਜਿਹੜਾ ਮੈਂ ਕਰੈਕਟਰ ਕਰਾਇਆ ਨਾ ਸਰ, ਤੁਸੀਂ ਉਹ 'ਚ ਰੋਣ ਧੋਣ ਵਾਲਾ ਕਰੈਕਟਰ ਸੀ, ਉਹਦਾ ਕਿਤੇ ਬੇਟੇ ਬੂਟੇ ਦੀ ਡੈਥ ਹੋ ਜਾਂਦੀ ਹੈ, ਕੁਛ ਇੱਦਾਂ ਦਾ ਸਿਸਟਮ ਸੀਗਾ। ਮੈਂ ਤਾਂ ਪਿਛਲੇ 7 ਦਿਨ ਰੋਂਦਾ ਰਿਹਾ ਘਰ ਵੀ, ਕਹਿੰਦਾ ਪਿਛਲੇ 7 ਦਿਨ ਸਰ ਮੈਂ ਹੁਣ ਵੀ ਰੋ ਲੈਂਦਾ, ਤਾਂ ਡਾਇਰੈਕਟਰ ਉਹਨਾਂ ਦਾ ਇੰਪ੍ਰੈਸ ਕਰ ਰਿਹਾ ਸੀਗਾ। ਡਾਇਰੈਕਟਰ ਕਹਿੰਦਾ ਸ਼ੁਕਰ ਹੈ ਕੋਈ ਪਾਗਲ ਵਾਲਾ ਕਰੈਕਟਰ ਨਹੀਂ ਕਰਾ ਲਿਆ, ਲੋਕਾਂ ਦੇ ਇੱਟਾਂ ਮਾਰਦਾ ਫਿਰਦਾ ਕਿਤੇ ਨਾ, ਤਾਂ ਉਹ ਇੱਕ ਅੱਡ ਪਾਰਟ ਹੈ ਉਹ 'ਚੋਂ ਨਿਕਲੇ, ਸਰ ਜੋਬ ਇਹ ਸਾਡੀ ਜੋਬ ਹੈ ਉਹਨੂੰ ਕਰਕੇ ਅਸੀਂ ਜਿਹੜਾ ਕਰੈਕਟਰ ਜਿਹੜਾ ਐਕਟਰ ਕਰੈਕਟਰ ਕਰਕੇ ਬਾਹਰ ਖੂਬਸੂਰਤੀ ਨਾਲ ਬਾਹਰ ਆ ਜਾਂਦਾ, ਉਹੀ ਐਕਟਿੰਗ ਹੈ ਜੀ। ਬਿਲਕੁਲ ਹਾਂਜੀ, ਹੁਣ ਘਰੇ ਜਾ ਕੇ ਅਸੀਂ ਰੋਂਦੇ ਧੋਂਦੇ ਜਾਈਏ, ਘਰੇ ਮਾਹੌਲ ਖੁਸ਼ ਨਵਾਂ ਹੋਵੇ, ਤਾਂ ਤਾਂ ਸਾਡੀ ਫੈਮਿਲੀ ਲਾਈਫ ਟੋਟਲੀ ਡਿਫਰੈਂਟ ਆ, ਉਹ ਸਾਡਾ ਕੰਮ 'ਤੇ ਬੈਗ ਚੱਕੀ ਤਾਂ ਆਪਣੇ ਘਰੇ ਆਈ ਦੇ। ਤੁਹਾਡੇ ਦੋਵਾਂ ਦੀ ਜੇਕਰ ਗੱਲ ਕੀਤੀ ਜਾਵੇ, ਹਰ ਮੂਵੀ ਸਾਰੇ ਆਰਟਿਸਟ ਦੇ ਲਈ ਬਹੁਤ ਵਧੀਆ ਹੁੰਦੀ ਹੈ ਜਿਵੇਂ ਮੈਂ ਪਹਿਲੇ ਕਿਹਾ, ਲੇਕਿਨ ਹੁਣ ਤੱਕ ਦੀਆਂ ਤੁਹਾਡੇ ਦੋਵਾਂ ਦੀਆਂ ਸਭ ਤੋਂ ਖਾਸ ਮੂਵੀ ਜਿਹੜੇ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਹੋਏ ਕਿਹੜੀ ਹੈਗੀ? ਮੈਨੂੰ ਜਿਹੜੀ ਵੈਸੇ ਵਧੀਆ ਲੱਗਦੀਆਂ 3-4 ਮੂਵੀਜ਼ ਮੇਰੀਆਂ ਹੈਗੀਆਂ ਨੇ ਮੈਨੂੰ ਜਿਹੜੀਆਂ ਵਧੀਆ ਲੱਗਦੀਆਂ ਨੇ ਮੈਨੂੰ, ਜਿਵੇਂ ਉਹ 'ਚ ਮੈਂ ਵੀ ਨਹੀਂ ਸੀਗਾ, ਜੱਟ ਜੇਮਸ ਬੌਂਡ, ਗਿੱਪੀ ਗਰੇਵਾਲ ਉਹਨਾਂ ਦੀ, ਮੈਨੂੰ ਬਹੁਤ ਇਹ ਵੀ ਸੀਗਾ ਕਰਮਜੀਤ, ਮੈਨੂੰ ਬਹੁਤ ਵਧੀਆ ਫਿਲਮ ਲੱਗਦੀ ਹੈ ਸਕ੍ਰਿਪਟ ਵਾਈਜ਼, ਉੱਦਾਂ ਐਗਜੀਕਿਊਸ਼ਨ ਵਾਈਜ਼ ਵੈਰੀ ਕਲਾਸਿਕ ਮੂਵੀ। ਫਿਰ ਅੰਗਰੇਜ਼ ਬਹੁਤ ਵਧੀਆ ਸੀਗੀ, ਫਿਰ ਬੰਬੂ ਘਾਟ ਬਹੁਤ ਵਧੀਆ ਮੂਵੀ ਸੀਗੀ ਜੀ, ਤਾਂ ਜਿਹੜੀ ਤੋਂ ਐਪਰੀਸ਼ੀਏਸ਼ਨ ਥੋੜ੍ਹੀ ਵੱਖਰਾ ਕਰਦੀ ਮਿਲੀ, ਇੱਕ 1984 ਜਿਹੜੇ ਕਲਾਸਿਕ ਮੂਵੀਜ਼ ਦੇ ਵਿੱਚ ਆਉਂਦੀ ਹੈ, ਜਿਹਨੂੰ ਦੇਖਿਆ ਜਿਹਨੂੰ ਵਾਰੀ ਵਾਰੀ ਦੇਖਿਆ ਜਾ ਸਕਦਾ, ਮੈਨੂੰ ਵਧੀਆ ਲੱਗਦੀ ਹੈ 4 ਅਰਦਾਸ, ਸ਼ਹੀਦ ਮੁਹੱਬਤ, ਹਾਂ ਪੁਰਾਣੀ ਮੂਵੀ ਕੈਰੀ ਔਨ ਜੱਟਾ, ਇਹ ਮੂਵੀ ਆ ਮੈਨੂੰ ਨਿੱਕਾ ਜ਼ੈਲਦਾਰ। ਬਿਲਕੁਲ, ਅਰਦਾਸ ਤਾਂ ਇੱਕ ਇਹੋ ਜਿਹੀ ਮੂਵੀ ਆਈ ਇਸ ਪੰਜਾਬੀ ਸਿਨੇਮੇ ਵਿੱਚ ਜਿਹਦੇ ਅਲੱਗ ਹੀ ਲੈਵਲ 'ਤੇ ਲੈ ਗਈ, ਬਹੁਤ ਅੱਛਾ। ਗੁਰਪ੍ਰੀਤ ਘੁੱਗੀ ਜੀ ਦਾ ਕਿਰਦਾਰ ਹੋਵੇ ਜਾਂ ਕੋਈ ਵੀ ਕਿਰਦਾਰ ਹੋਵੇ, ਬਹੁਤ ਹੀ ਵਧੀਆ ਕਿਰਦਾਰ ਰਿਹਾ। ਤੁਸੀਂ ਅੰਡਰਲਾਈਨ ਕਰੀ ਤਾਂ ਕੋਈ ਨਾ, ਗੁਰਪ੍ਰੀਤ ਘੁੱਗੀ ਸਾਹਿਬ ਦੇ ਹੋਵੇ। ਨਹੀਂ ਨਹੀਂ, ਕੈਰੀ ਔਨ ਜੱਟਾ ਤਾਂ ਬਿਲਕੁਲ ਵੀ ਨਹੀਂ ਢਿੱਲੋ ਜਿਹਾ। ਅੱਛਾ, ਸਾਰੇ ਕਿਰਦਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਹੁਣ ਜਿਵੇਂ ਨੈੱਟਫਲਿਕਸ ਆ ਰਿਹਾ ਹੈ ਨਾ, ਅਤੇ ਸਿਨੇਮਾ ਡਿਵਾਈਡ ਹੋਣ ਵਾਲਾ ਕੁਛ ਹੋਰ ਚਿਰ ਬਾਅਦ, ਹਾਰਡਲੀ 2 ਸਾਲ ਬਾਅਦ, 3 ਸਾਲ ਬਾਅਦ, ਉਹ ਤੋਂ ਬਾਅਦ ਜਿਹੜੇ ਆਰਟਿਸਟ ਨੇ, ਤੁਸੀਂ ਲੋਕ ਨੇ ਆਪਣੀ ਸਕ੍ਰਿਪਟ ਨੂੰ ਕਿਵੇਂ ਚੂਜ਼ ਕਰੋਗੇ? ਸਕ੍ਰਿਪਟ ਤਾਂ ਹਮੇਸ਼ਾ ਦੇਖੋ, ਜਿਹੜਾ ਹੀਰੋ ਜਾਂ ਕੋਈ ਕਰੈਕਟਰ ਕਰੈਕਟਰ ਨਹੀਂ ਹੁੰਦਾ, ਸਕ੍ਰਿਪਟ ਹੀਰੋ ਹੁੰਦੀ ਹੈ ਜੀ, ਸਕ੍ਰਿਪਟ ਨੂੰ ਹੀ ਚੂਜ਼ ਕਰਨਾ। ਦੇਖੋ ਜਦੋਂ ਟੈਕਨੀਕ ਚੇਂਜ ਹੁੰਦੀ ਹੈ, ਆਰਟਿਸਟ ਤਾਂ ਸੇਮ ਹੀ ਰਹਿੰਦਾ ਨਾ ਜੀ। ਸਪੋਜ਼ ਕਰੋ ਤੁਸੀਂ ਵੈਬ ਸੀਰੀਜ਼ 'ਤੇ ਚਲੇ ਜਾਓਗੇ ਜਾਂ ਕਿਤੇ ਵੀ ਚਲੇ ਜਾਓਗੇ ਜਾਂ ਸਿਨੇਮਾ ਹੀ ਕਰਦੇ ਰਹੋਗੇ ਜਾਂ ਕੁਛ ਵੀ ਕਰਦੇ ਰਹੋਗੇ, ਤਾਂ ਸਾਨੂੰ ਤਾਂ ਸਾਡੇ ਕੋਲ ਤਾਂ ਜਾਣ ਦੀ ਪੇਸ਼ਕਸ਼ ਆਉਂਦੀ ਹੈ ਵੀ ਤੁਸੀਂ ਵੀ ਆਹ ਸਕ੍ਰਿਪਟ ਕਰਨਾ ਚਾਹੋਗੇ, ਤਾਂ ਸਾਡਾ ਤਾਂ ਮਕਸਦ ਸਿਰਫ ਸਕ੍ਰਿਪਟ ਨੂੰ ਲੈ ਕੇ ਹੈ, ਕਿਉਂਕਿ ਉਹਨੂੰ ਜਿਹੜੇ ਜਾਂ ਤਾਂ ਪ੍ਰੋਡਿਊਸਰ ਚੇਂਜ ਹੋਣਗੇ ਜਾਂ ਉਹਦੇ ਜਿਹੜੇ ਡਿਸਟ੍ਰੀਬਿਊਟਰ ਚੇਂਜ ਹੋਣਗੇ ਜਿਹੜੇ ਉੱਥੇ ਤੱਕ ਲੈ ਕੇ ਜਾਣਗੇ ਸਾਨੂੰ, ਉਹ ਟੈਕਨੀਕਲ ਚੀਜ਼ ਹੈ। ਇੱਕ ਨੈੱਟਫਲਿਕਸ ਦੇ ਵਿੱਚ ਸਪੋਜ਼ ਕਰੋ, ਅਸੀਂ ਤਾਂ ਇੱਕ ਪ੍ਰੋਡਕਟ ਤਿਆਰ ਕਰਿਆ, ਘਰ ਬੈਠੇ ਹਾਂ, ਸਾਡਾ ਪਿੰਡ 'ਚ ਇੱਕ ਘਰ ਹੈ, ਜਿਵੇਂ ਦੋਜੀ
ਡਿਲੀਵਰ ਕਰਦੇ ਨੇ ਦੁੱਧ ਸ਼ਹਿਰ 'ਚ ਲੈ ਕੇ ਆਉਂਦੇ ਨੇ ਹੈ ਨਾ ਪਿੰਡ ਤੋਂ ਜਾ ਕੇ, ਇਸ ਤਾਂ ਪਿੰਡ ਵਾਲੇ ਫਾਰਮਰ ਆ, ਪਿੰਡ 'ਚੋਂ ਸਾਡੇ ਤਾਂ ਪ੍ਰੋਡਕਟ ਸਾਡੇ ਕੋਲ ਤਾਂ ਤਿਆਰ ਹੋਣਾ, ਸਾਨੂੰ ਤਾਂ ਜਿਹੜੇ ਕੰਮ ਲਾਏ ਦਿਹਾੜੀ ਵਾਲੇ ਬੰਦੇ ਤੁਹਾਨੂੰ ਦੱਸਿਆ ਜੀ, ਅਸੀਂ ਤਾਂ ਉਹ ਕਰਕੇ ਬੈਠ ਜਾਣਾ, ਤਾਂ ਆਪਦੇ ਆਪ ਹੀ ਉਹ ਕੰਟੈਂਟ ਕਿੱਥੇ ਲੈ ਕੇ ਜਾਂਦੇ ਨੇ, ਕਿੱਥੋਂ ਡਿਲੀਵਰ ਕਰਵਾਉਂਦੇ ਨੇ, ਉਹਨਾਂ ਦੀ ਰਿਸਪੋਂਸੀਬਿਲਟੀ ਹੈ ਨਾ ਜੀ। ਰਿਸਪੋਂਸੀਬਿਲਟੀ ਦੀ ਤੁਸੀਂ ਗੱਲ ਕੀਤੀ ਹੈ, ਹਰ ਆਰਟਿਸਟ ਦੀ ਤੁਸੀਂ ਗੱਲ 'ਚੋਂ ਗੱਲ ਬੜੀ ਕਰਦੇ, ਮੈਂ ਦੇਖਿਆ ਲਾਸਟ ਗੱਲ ਫੜ ਲੈਂਦੇ ਹੋ ਨਾ, ਹਾਸੇ ਤੋਂ ਜ਼ਿਆਦਾ ਆ ਗਰੀਬ ਬੰਦੇ ਨੂੰ ਪੜ੍ਹਨੀਆਂ ਨਹੀਂ ਆਉਂਦੀਆਂ ਜੀ। ਅੱਛਾ ਸੌਰੀ, ਤੁਹਾਡੀ ਅਸੀਂ ਰਿਸਪੋਂਸਿਬਿਲਟੀ ਦੀ ਗੱਲ ਕਰ ਰਹੇ ਸੀ ਨਾ, ਹਰ ਆਰਟਿਸਟ ਦੀ ਇੱਕ ਸੋਸਾਇਟੀ ਟੂਵਰਡਸ ਇੱਕ ਰਿਸਪੋਂਸਿਬਿਲਟੀ ਬਣ ਜਾਂਦੀ ਹੈ, ਜਾਂ ਤੁਸੀਂ ਇੱਕ ਰੋਲ ਮਾਡਲ ਇੱਕ ਇੰਸਪੀਰੇਸ਼ਨ ਬਣ ਜਾਂਦੇ ਹੋ ਹੈ ਨਾ ਬਾਕੀ ਯੂਥ ਦੇ ਲਈ। ਹੁਣ ਤੁਸੀਂ ਸਾਰੇ ਇੱਕ ਯੂਥ ਦੇ ਲਈ ਇੰਸਪੀਰੇਸ਼ਨ ਹੋ, ਸਭ ਹੈ ਨਾ ਰੋਲ ਮਾਡਲ ਹੋ, ਤਾਂ ਤੁਹਾਨੂੰ ਲੱਗਦਾ ਜਿੰਨੀਆਂ ਵੀ ਰਿਸਪੋਂਸਿਬਿਲਿਟੀਜ਼ ਨੇ ਟੂਵਰਡ ਦ ਯੂਥ, ਟੂਵਰਡ ਦ ਯੰਗਸਟਰਸ ਜਾਂ ਨੈਕਸਟ ਜਨਰੇਸ਼ਨ ਕਮਿੰਗ ਜਨਰੇਸ਼ਨ ਲਈ, ਉੱਥੇ ਤੁਸੀਂ ਖਰੇ ਉਤਰੇ? ਬਿਲਕੁਲ ਜੀ, ਆਪਦੇ ਵੱਲੋਂ ਤਾਂ ਜਦੋਂ ਸੋਸ਼ਲ ਕੌਜ਼ ਦੇ ਉੱਤੇ ਕੁਛ ਵੀ ਕਰਨ ਦਾ ਮੌਕਾ ਮਿਲਿਆ, ਜਦੋਂ ਕਈ ਵਾਰ ਤੁਹਾਡੇ ਹੱਥ ਵਾਸੀ ਨਹੀਂ ਹੁੰਦਾ ਹੈ ਨਾ ਕੁਛ ਤੁਸੀਂ ਕਰਦੇ, ਹਾਂ ਜਿੰਨਾ ਕੁ ਜੋਗੇ ਹੈਗੇ ਤੁਸੀਂ, ਮੇਰਾ ਸਪੋਜ਼ ਕਰੋ ਮੇਰੇ ਤੋਂ ਚਾਰ ਘਰ ਜਾਂ ਚਾਰ ਪਿੰਡ ਇਫੈਕਟਿਵ ਹੈਗੇ ਨੇ ਜਿੱਥੇ ਮੈਂ ਇਫੈਕਟ ਕਰ ਸਕਦਾ, ਜਿੱਥੇ ਤੁਸੀਂ ਕੋਈ ਚੀਜ਼ ਡਿਲੀਵਰ ਕਰ ਸਕੋ ਉੱਥੇ ਤਾਂ 100% ਕਰਦੇ ਹੀ ਹਾਂ। ਜਿੱਥੇ ਤੱਕ ਸੋਰਸ ਮਿਲਦੇ ਜਾਂਦੇ ਨੇ ਉੱਥੇ ਤੱਕ ਤਾਂ 100% ਮੇਰੇ ਖਿਆਲ ਨਾਲ ਮੈਂ ਤਾਂ ਪੂਰਾ ਕਰਦਾ ਜੀ, ਮੈਂ ਆਪਦੇ ਮੈਂ ਦੱਸਦਾ ਘੱਟ ਹਾਂ ਕਰਦਾ ਜ਼ਿਆਦੇ ਹਾਂ, ਕੁਛ ਲੋਕ ਕਰਦੇ ਘੱਟ ਹੁੰਦੇ ਨੇ ਦੱਸਦੇ ਜ਼ਿਆਦਾ ਹੁੰਦੇ ਨੇ ਅਖਬਾਰ 'ਚ ਖਬਰ ਲਵਾ ਕੇ, ਕਦੇ ਬੂਟੇ ਦੀ ਹੈ ਨਾ, ਜਾਂ ਕਦੇ ਤੁਸੀਂ ਦਰਖਤ ਲਾਉਣ ਦੀ ਸਮੇਂ ਅਖਬਾਰ 'ਚ ਖਬਰ ਲਵਾ ਲਈ, ਜਾਂ ਬਲੱਡ ਡੋਨੇਟ ਦੀ ਖਬਰ ਲੱਗਣੀ, ਤੁਹਾਡੀ ਲੱਗਣੀ ਲੱਗਣੀ ਹੈ ਨਾ। ਪਰ ਉੱਦਾਂ ਦੇ ਨਹੀਂ, ਸਾਡੀ ਇੱਦਾਂ ਜ਼ਰੀਆ ਫਾਊਂਡੇਸ਼ਨ ਖੋਲ੍ਹੀ ਹੋਈ ਹੈ ਜੀ ਮੇਰੀ ਆਪਦੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਲੇ ਦੁਆਲੇ ਧੂਰੀ ਜਿੱਥੇ ਵੀ ਅਸੀਂ ਹੈਗੇ ਹਾਂ, ਤਾਂ ਜਿੱਥੇ ਜਿੱਥੇ ਵੀ ਸੋਸ਼ਲ ਇਸ਼ੂਜ਼ ਨੇ, ਹੁਣ ਮੈਂ ਪਤਾ ਕੀ ਚੱਕਰ ਉਹ 'ਚ ਜਦੋਂ ਮੈਂ ਇਹੋ ਜਿਹੀ ਕਰਦਾ ਉਹ ਵਡਿਆਈ ਲੱਗਦੀ ਆਪਦੀ, ਮੈਂ ਤਾਂ ਕਰ ਹੀ ਨਹੀਂ ਜਾਂਦੀ ਜਿੰਨਾ ਕੁ ਵੀ ਆਪਦੇ ਵੱਲੋਂ, ਸਾਡੇ ਤੋਂ ਸਾਰੇ ਭੈਣ ਭਰਾ ਉਹ 'ਚ ਮੇਰੀ ਨਹੀਂ ਹੈਗੀ, ਉਹ ਸਾਰਿਆਂ ਦੀ ਤੁਹਾਡੀ ਵੀ ਹੈ। ਮੈਨੂੰ ਤਾਂ ਮੈਂ ਜਦੋਂ ਕੈਨੇਡਾ ਅਮੈਰੀਕਾ ਅਸੀਂ ਟੀ ਵੀ ਸ਼ੋਅਜ਼ ਕਰਦੇ ਹਾਂ, ਅਸੀਂ ਇਕੱਠੇ ਗਏ ਹਾਂ, ਤਾਂ ਕਈ ਪੱਤਰਕਾਰਾਂ ਨੇ ਪੁੱਛਿਆ ਵੀ ਆਪਦਾ ਜਿਹੜਾ ਜ਼ਰੀਆ ਫਾਊਂਡੇਸ਼ਨ ਹੈ, ਮੈਂ ਸਾਹਮਣੇ ਤੁਹਾਡੀ ਇੰਟਰਵਿਊ ਜਾਣੀ ਹੈ, ਤਾਂ ਉੱਥੇ 100% ਨਿਊਯਾਰਕ ਦੇ ਵਿੱਚ ਇਹ ਕੁਐਸਚਨ ਉੱਠੇ, ਕਈ ਥਾਵੇਂ ਹੋਰ ਵੀ ਉੱਠੇ, ਤੁਹਾਡੀ ਫਾਊਂਡੇਸ਼ਨ ਦਾ ਸਾਨੂੰ ਅਕਾਊਂਟ ਨੰਬਰ ਦੇ ਦਿਓ, ਅਸੀਂ ਪੈਸੇ ਭੇਜਣੇ ਆ। ਮੈਂ ਕਿਹਾ ਮੇਰੇ ਵਾਲੀ 'ਚ ਕਿਉਂ ਭੇਜਣੇ ਆ ਤੁਸੀਂ? ਇਹਦਾ ਮਤਲਬ ਮੇਰੇ ਮੂਹਰੇ ਆਪਦੀ ਇਮੇਜ ਉੱਚੀ ਬਣਾਉਣਾ ਚਾਹੁੰਦੇ ਹੋ? ਕਿਤੇ ਵੀ ਜਿੱਥੇ ਜਿਹੜਾ ਤੁਹਾਡਾ ਪਿੰਡ ਹੈ ਉੱਥੇ ਵੀ ਤਾਂ ਕੋਈ ਗਰੀਬ ਬੰਦਾ ਹੋਊਗਾ, ਜਾਂ ਉੱਥੇ ਵੀ ਤਾਂ ਆਲੇ ਦੁਆਲੇ ਤੁਹਾਡੇ ਨੇੜੇ ਤੇੜੇ ਪਿੰਗਲਵਾੜਾ ਹੋਊਗਾ, ਜਾਂ ਕਿਸੇ ਬੱਚੇ ਧੀ ਭੈਣ ਜਾਂ ਛੋਟੇ ਬੱਚੇ ਨੂੰ ਗਰੀਬ ਦੇ ਨੂੰ ਪੜਾਉਣਾ, ਤੁਹਾਡੇ ਆਪਦੇ ਪਿੰਡਾਂ 'ਚ ਜਾ ਕੇ ਕਰ ਲਓ, ਮੇਰੇ ਵਾਲੇ 'ਚ ਕਿਉਂ ਕਰਨਾ? ਜਿੰਨਾ ਕੁ ਮੈਂ ਤੁਹਾਨੂੰ ਮੈਂ ਉੱਥੇ ਕਰੀ ਜਾਂਦਾ ਵੀ ਅਕਾਊਂਟ ਅਕੂੰਟ 'ਚ ਪੈਸੇ ਵਾਲਾ ਸਿਸਟਮ ਨਹੀਂ, ਜਿੰਨਾ ਕੁ ਸਾਤੋਂ ਹੁੰਦਾ ਕਰੀ ਜਾਂਦੇ ਜੀ ਆਪਦੇ ਆਪ। ਇਹੀ ਸੇਮ ਕੁਐਸਚਨ ਤੁਹਾਡੇ ਤੋਂ ਕਰਮਜੀਤ ਅਨਮੋਲ ਜੀ, ਪਹਿਲਾਂ ਵੀ ਅਸੀਂ ਇਸ ਟੋਪਿਕ 'ਤੇ ਡਿਸਕਸ ਕਰ ਚੁੱਕੇ ਹਾਂ, ਜਿੱਦਾਂ ਤੁਸੀਂ ਐਜ਼ ਅ ਸਿੰਗਰ ਤੁਹਾਡੀ ਗੱਲ ਕੀਤੀ ਜਾਵੇ, ਐਜ਼ ਅ ਸਿੰਗਰ ਜਦ ਤੁਸੀਂ ਸੋਸ਼ਲ ਕੋਜ਼ਸ 'ਤੇ ਜਾਂ ਸਪੈਸ਼ਲ ਇੱਕ ਰੀਜ਼ਨਸ 'ਤੇ ਤੁਸੀਂ ਗਾਣੇ ਲੈ ਕੇ ਆਉਂਦੇ ਹੋ, ਭਾਵੇਂ ਉਹ ਡਰੱਗਸ ਦਾ ਮੁੱਦਾ ਹੋਵੇ, ਕਿਸਾਨੀ ਦਾ ਮੁੱਦਾ ਹੋਵੇ, ਹੈ ਨਾ, ਕੋਈ ਵੀ ਮੁੱਦਾ ਹੋਵੇ ਤੁਸੀਂ ਉੱਥੇ ਲੈ ਕੇ ਆਉਂਦੇ ਹੋ, ਉਹਨਾਂ ਨੂੰ ਸਰਾਹਨਾ ਨਹੀਂ ਮਿਲਦੀ, ਉਹ ਨਹੀਂ ਪਬਲਿਕ ਤੱਕ ਪ੍ਰੋਪਰ ਪਹੁੰਚ ਪਾਉਂਦੇ, ਜਿਸ ਤਰੀਕੇ ਨਾਲ ਮੈਂ ਕਹਾਂ ਕਿ ਲੱਚਰ ਗਾਇਕੀ ਜਾਂ ਬੋਲਾਂ ਚੱਕਵੇ ਗੀਤ ਜਿਹੜੇ ਹੁੰਦੇ ਨੇ ਉਹ ਪਹੁੰਚ ਪਾਉਂਦੇ ਨੇ, ਉਹਦਾ ਰੀਜ਼ਨ ਇਹ ਹੈ ਜੀ, ਤੁਸੀਂ ਲੋਕ ਵੀ ਉਹਦੇ 'ਚ ਸ਼ਾਮਿਲ, ਆਪਾਂ ਸਾਰੇ ਹਾਂ, ਆਪਾਂ ਸਾਰੇ ਹੀ ਹਾਂ, ਕਿਉਂਕਿ ਜਿਹੜਾ ਕੋਈ ਮਾੜਾ ਗੀਤ ਹੁੰਦਾ ਉਹਨੂੰ ਤੁਸੀਂ ਭੰਡ ਭੰਡ ਕੇ ਹਿੱਟ ਕਰ ਦਿੰਦੇ ਵੀ ਇਹਨੇ ਆਹ ਗਾਇਆ ਫਲਾਣਾ ਕਰਿਆ, ਪਰ ਚੰਗੇ ਗੀਤ ਨੂੰ ਕਦੇ ਨਹੀਂ ਤੁਸੀਂ ਕਹੋਗੇ ਵੀ ਆਹ ਬਹੁਤ ਵਧੀਆ ਗੀਤ ਗਾਇਆ ਇਹਨੂੰ ਤੁਸੀਂ ਸੁਣੋ ਫਲਾਣਾ ਕਰੋ, ਉਹ ਟਾਈਟਲ ਨਹੀਂ ਬਣਦਾ ਨਾ, ਹਰ ਬੰਦਾ ਅਸੀਂ ਮੈਂ ਵੀ ਹਾਂ ਜੇ ਉਹ ਨਿਊਜ਼ ਨਹੀਂ ਬਣਦਾ, ਹਾਂ ਮੈਂ ਵੀ ਹਾਂ ਜੇ ਮੈਂ ਜਿਹੜਾ ਮਾੜੇ ਗੀਤ ਨੂੰ ਮੈਂ ਕਹੂੰਗਾ ਵੀ ਇਹਨੇ ਗਲਤ ਕੀਤਾ ਫਲਾਣਾ ਕੀਤਾ ਸੋਸ਼ਲ ਮੀਡੀਆ 'ਤੇ ਮੈਂ ਕਰੂੰਗਾ ਨਾ, ਪਰ ਕਿਸੇ ਨੇ ਚੰਗਾ ਗੀਤ ਗਾਇਆ ਉਹਨੂੰ ਕਦੇ ਨਹੀਂ ਵਿਚਾਰਾ ਮਤਲਬ ਕਹਿੰਦਾ ਰਹਿੰਦਾ ਵੀ ਆ ਮੇਰਾ ਗੀਤ ਆ ਕਰ ਦਿਓ ਜੀ ਸ਼ੇਅਰ ਕਰ ਦਿਓ ਵੀ ਇਹ ਮੈਂ ਬੜਾ ਵਧੀਆ ਹੋ ਗਿਆ, ਕੋਈ ਨਹੀਂ ਕਰਦਾ ਹੈਗਾ, ਕੋਈ ਵੀ ਵਧੀਆ, ਇਹਦਾ ਕਾਰਨ ਇਹ ਹੈ ਨਾ, ਮੈਂ ਗੀਤ ਗਾਇਆ ਸੀ ਪਿੰਡ ਬਕਾਊ ਹੈ ਅਤੇ ਹੋਰ ਗੀਤ ਗੀਤਾਂ ਦੇ ਮੁਕਾਬਲੇ ਬਹੁਤ ਘੱਟ ਦੇਖੇਗਾ, ਬਟ ਪਰ ਸੋਸ਼ਲ ਮੀਡੀਆ 'ਤੇ ਉਹਨੂੰ ਐਪਰੀਸ਼ੀਏਸ਼ਨ ਬਾਹਰੋਂ ਬਹੁਤ ਮਿਲੀ ਹੈ। ਉਹ ਪਰ ਉਹੀ ਗੱਲ ਨਾ ਤੁਹਾਡੀ, ਜਿਵੇਂ ਇਹਦੇ ਨਾਲ ਰਿਲੇਟ ਹੀ ਆਪਣੀ ਫਿਲਮ ਇੰਡਸਟਰੀ ਕਰਦੀ ਹੈ, ਸੋਸ਼ਲ ਮੈਸੇਜ ਦੇ ਉੱਤੇ ਫਿਲਮ ਬਣਾ ਲਓ, ਦੇਖਣ ਨਹੀਂ ਜਾਂਦੇ, ਦੇਖਣ ਨਹੀਂ ਜਾਂਦੇ, ਤੁਸੀਂ ਹੋਰ ਕਮਲੀਆਂ ਮਾਰ ਲਓ ਫਿਰ ਠੀਕ ਆ, ਫਿਰ ਸਾਰੇ ਕਹਿੰਦੇ। ਲੇਕਿਨ ਅਗਰ ਹਿੰਦੀ ਸਿਨੇਮਾ ਦੀ ਜੇਕਰ ਅਸੀਂ ਗੱਲ ਕਰੀਏ ਬਾਲੀਵੁੱਡ ਦੀ, ਉੱਥੇ ਸੋਸ਼ਲ ਰੀਜ਼ਨਸ 'ਤੇ ਬਣਦੀ ਹੈ, ਸੋਸ਼ਲ ਇਸ਼ੂਜ਼ 'ਤੇ ਬਣਦੀ ਹੈ ਫਿਲਮ, ਭਾਵੇਂ ਹੁਣ ਕੁੜੀਆਂ ਦਾ ਮਸਲਾ ਹੋਵੇ, ਪਿੰਕ ਮੂਵੀ ਆਈ ਸੀ ਉਹ ਬਹੁਤ ਜ਼ਿਆਦਾ ਚੱਲੀ ਸੀ, ਕੋਈ ਹੋਰ ਮੁੱਦਾ ਡਰੱਗਸ ਦੇ ਮਾਮਲੇ 'ਤੇ ਆਈ ਉਹ ਵੀ ਬਹੁਤ ਜ਼ਿਆਦਾ ਚੱਲੀ, ਅਤੇ ਅਗਰ ਪੰਜਾਬੀ ਸਿਨੇਮਾ 'ਚ ਅਸੀਂ ਬਣਾਵਾਂਗੇ ਤਾਂ ਕਿਉਂ ਨਹੀਂ? ਪੰਜਾਬੀ ਸਿਨੇਮਾ 'ਚ ਉਹੀ ਆਡੀਅੰਸ ਨਾਲ ਦੇਖਦੇ, ਪਰ ਪਿੰਕ ਪੰਜਾਬੀ ਦੇ ਵਿੱਚ ਬਣਾ ਕੇ ਦੇਖ ਲਓ ਜੇ ਨਾ ਛਿੱਤਰ ਪਏ ਤਾਂ ਕਹਿੰਦੇ ਬਣਾ ਲਓ ਆਪਣੇ, ਜਦੋਂ ਹਿੰਦੀ ਫਿਲਮਾਂ ਦੇ ਵਿੱਚ ਕਈ ਇੱਦਾਂ ਦੀਆਂ ਫਿਲਮਾਂ ਆਈਆਂ, ਦਿੱਲੀ ਬੇਲੀ, ਉਹ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਮੈਂ ਕਹਿੰਦਾ ਮੈਂ ਤਾਂ ਨਹੀਂ ਦੇਖ ਸਕਦਾ, ਤੁਸੀਂ ਵੀ ਨਹੀਂ, ਪਰ ਆਪਾਂ ਸਾਰਿਆਂ ਨੇ ਦੇਖੀ ਹੈ, ਸਾਡੇ ਬੱਚੇ ਅੱਡ ਦੇਖਿਆ, ਸਾਡੀਆਂ ਭੈਣਾਂ ਆਪਦੀਆਂ ਸਿਸਟਰਸ ਨਾਲ ਸਾਰੀਆਂ, ਅਤੇ ਇੱਕ ਦੋ ਸਭ ਤੋਂ ਵੱਧ ਜਿਹਦਾ ਮੀਡੀਆ ਨੇ ਵਿਰੋਧ ਕੀਤਾ ਸੀ ਇੱਕ
चार बंदे बैठ के भी मैं इन्हों विलखण किमें हो सकता मैं सियानी गल करा थोड़ी जी नहीं नहीं अपन ना ਹੁਣ ਆਪਾਂ ਨੂੰ ਪਿੰਡ ਨੂੰ ਇਕੱਠੇ ਹੋਣਾ ਚਾਹੀਦਾ ਇਕੱਠਾ ਤਾਂ ਆਪ ਵੀ ਨਹੀਂ ਹੋਣਾ ਚਾਹੁੰਦਾ ਹੁੰਦਾ ਉਹ ਪਰ ਚਾਰ ਜਣੇ ਸਿਆਣੇ ਹੋਣੇ ਚਾਹੁੰਦੇ ਉਹੀ ਹੈ ਵੀ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਾ ਜੰਮੇ ਸਾਡੇ ਘਰ ਗੁਆਂਢੀਆਂ ਦੇ ਹੋਵੇ ਮੈਂ ਉਹਦੀ ਉਹਨੂੰ ਐਪਰੀਸ਼ੀਏਟ ਕਰਾਂ ਹੀਰ ਜੰਮੇ ਪਰ ਸਾਡੇ ਘਰੇ ਨਾ ਗੁਆਂਢੀਆਂ ਦੇ ਗੁਆਂਢੀਆਂ ਦੇ ਜੰਮੇ ਸੁਣਨੀ ਵਧੀਆ ਲੱਗਦੀ ਹੈ ਹੈ ਨਾ ਦੂਜੇ ਦੇ ਘਰੇ ਸੋਹਣੀਆਂ ਲੱਗਦੀਆਂ ਨਾ ਆਪਦੇ ਘਰੇ ਨਹੀਂ ਬਾਬਾ ਨਾਨਕ ਵੀ ਇੱਦਾਂ ਹੀ ਆਪਦੇ ਘਰੇ ਕਿਹੜਾ ਕਹਿੰਦਾ ਵੀ ਜਾ ਕੇ ਫੂਕਿਆ ਵੇਖ ਨਾ ਲੇਕਿਨ ਸ਼ੁਰੂਆਤ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ ਓਨਲੀ ਹੈ ਨਾ ਤੇ ਸ਼ੁਰੂਆਤ ਇੱਕ ਜਣੇ ਤੋਂ ਹੁੰਦੀ ਹੈ ਜੇਕਰ ਪੰਜਾਬੀ ਸਿਨੇਮਾ 'ਚ ਕੋਈ ਵੀ ਕਿਰਦਾਰ ਤੁਸੀਂ ਹੋ ਭਾਵੇਂ ਤੁਸੀਂ ਹੋ ਕੋਈ ਵੀ ਆਰਟਿਸਟ ਇੱਕ ਜਣਾ ਸ਼ੁਰੂਆਤ ਕਿਉਂ ਨਹੀਂ ਕਰਦਾ ਇੱਕ ਜਣਾ ਸ਼ੁਰੂਆਤ ਕਰਦੇ ਇੱਕ ਮੂਵੀ ਫਲੋਪ ਹੋਗੀ ਦੋ ਹੋਗੀ ਪੰਜ ਹੋਣਗੀਆਂ ਦਸ ਹੋਣਗੀਆਂ ਤੁਸੀਂ ਪੰਜ ਕੀ ਕਹਿੰਦੇ ਹੋ ਮੇਰਾ ਤਾਂ ਜੇ ਇੱਕ ਬੰਦੇ ਦਾ ਮੇਰਾ ਤਾਂ ਬਾਈ ਲਾਰਸ ਨੇ ਲੱਕ ਤੋੜਿਆ ਪਿਆ ਦੂਜਾ ਮਸਾਂ ਖੜਾ ਹੋਇਆ ਸਾਰੀ ਲਾਈਫ ਦੇ ਪੈਸੇ ਲੱਗੇ ਇੱਕ ਮੂਵੀ ਬਣਾਉਣ ਵਾਸਤੇ 6 ਕਰੋੜ ਰੁਪਈਆ ਆਲਮੋਸਟ ਲੱਗ ਜਾਂਦਾ ਜੀ ਕਿੱਥੋਂ ਕਿੱਥੋਂ ਤੁਸੀਂ ਜਾਗਰੂਕ ਕਰਨ ਵਾਸਤੇ ਇੰਨਾ ਲਾਓਗੇ ਜਾਂ ਤਾਂ ਇਹਦੇ ਵਾਸਤੇ ਜੇ ਇੱਦਾਂ ਦੇ ਮੁੱਦੇ ਹੋਣ ਸਰਕਾਰਾਂ ਕੁਛ ਕਰਨ ਜਾਂ ਤਾਂ ਵੀ ਹਾਂ ਤੁਸੀਂ ਸੋਸ਼ਲ ਇਸ਼ੂਜ਼ 'ਤੇ ਮੂਵੀ ਬਣਾਉਂਦੇ ਹੋ ਤਾਂ ਤੁਹਾਡੇ ਪੈਸੇ ਘੱਟ ਹੋਣਗੇ ਪਰ ਤੁਸੀਂ ਆਪ ਹੀ ਕੰਟੈਂਟ ਇੱਦਾਂ ਦਾ ਲੈ ਕੇ ਆਓ ਜਾਂ ਵੀ ਅਸੀਂ ਤੁਹਾਡੇ ਨਾਲ ਸਪੋਰਟ ਕਰਦੇ ਹਾਂ ਹੈ ਨਾ ਉਸ ਤਰੀਕੇ ਦਾ ਉੱਦਾਂ ਦਾ ਤਾਂ ਕੁਛ ਹੈ ਹੀ ਨਹੀਂ ਕਿਉਂ ਬੰਦਾ ਤੁਹਾਡੇ ਸਭ ਤੋਂ ਵੱਡੀ ਗੱਲ ਪ੍ਰੋਡਿਊਸਰ ਨੇ ਇਹ ਦੇਖਣਾ ਜਿੱਦਾਂ ਚਾਹੇ ਦੀ ਕੋਮੇਡੀ ਮੂਵੀਜ਼ ਦੀ ਲਾ ਲਓ ਚਾਹੇ ਜਿਹੜੀਆਂ ਗੱਲਾਂ ਆਪਣੀ ਚੱਲੀਆਂ ਨੇ ਉਹਦੇ ਵਿੱਚ ਇਹ ਵੀ ਆਨਸਰ ਆਉਂਦਾ ਵੀ ਜਿਹੜਾ ਪ੍ਰੋਡਿਊਸਰ ਹੈ ਉਹਨੇ ਤਾਂ ਐਂ ਦੇਖਣਾ ਵਿਕਤਾ ਕਿਆ ਹੈ ਜੋ ਹੈ ਨਾ ਜੋ ਜਿਹੜਾ ਜਿਹੜੀ ਚੀਜ਼ ਵਿਕਦੀ ਹੈ ਜਿਹੜਾ ਮੈਨੂੰ ਰਿਟਰਨ ਆ ਜਾਵੇ ਘੱਟੋ ਘੱਟ ਮੈਂ ਸੇਫ ਹੋ ਜਾਵਾਂ ਤਾਂ ਉੱਦਾਂ ਦੀ ਮੂਵੀ ਬਣਾਊਗਾ ਮੈਂ ਉਹਨੇ ਉੱਧਰ ਤਾਂ ਬਿਜ਼ਨਸ ਕਰਨਾ ਉਹਨੇ ਤਾਂ ਉਹਨੇ ਇਹ ਨਹੀਂ ਸੋਚਣਾ ਮੇਰਾ ਸੋਸ਼ਲ ਇਸ਼ੂ 'ਤੇ ਕੀ ਜਾਂਦਾ ਜਾਊਂਗਾ ਹੁਣ ਸਾਨੂੰ ਕਹਿੰਦੇ ਸਾਰੇ ਤਾਂ ਇਹੀ ਪੁੱਛਦੇ ਨੇ ਮੈਸੇਜ ਇਹਦੇ ਵਿੱਚ ਮੈਸੇਜ ਕੀ ਨੇ ਮੈਸੇਜ ਤਾਂ ਆਪਣਾ ਇਨਰ ਹੈ ਹਰੇਕ ਮੂਵੀ ਦੇ ਵਿੱਚ ਕੋਈ ਨਾ ਕੋਈ ਮੈਸੇਜ ਹੁੰਦਾ ਕਿਉਂਕਿ ਉਹ ਸਾਰੀ ਲਾਈਫ ਦੀ ਇੱਕ ਜਰਨੀ ਹੁੰਦੀ ਹੈ ਅਤੇ ਉਹਦੇ ਵਿੱਚ ਕਈ ਵਾਰ ਇੱਦਾਂ ਸਾਰੀ ਸੋਸ਼ਲ ਇਸ਼ੂ 'ਤੇ ਫਿਲਮ ਬਣੀ ਹੁੰਦੀ ਹੈ ਤੁਹਾਡਾ ਆਪਦਾ ਇਨਰ ਕੀ ਹੈ ਤੁਹਾਡੀ ਸੁਸਾਇਟੀ ਕਿੱਦਾਂ 'ਚ ਤੁਸੀਂ ਵਿਚਰ ਰਹੇ ਹੋ ਤਾਂ ਉਹ 'ਚ ਸਾਰੀ ਫਿਲਮ 'ਚ ਸਿਰਫ ਇੱਕ ਮਿੰਟ ਦਾ ਸੀਨ ਹੁੰਦਾ ਜਿੱਥੇ ਹੀਰੋ ਦੀ ਭੈਣ ਦੇ ਜਾਂ ਹੀਰੋ ਦੇ ਫਾਦਰ ਦੇ ਇੱਕ ਗੁੰਡਾ ਆ ਕੇ ਚਾਕੂ ਮਾਰਦਾ ਐਂ ਘੁੰਮਾਉਂਦਾ ਫਿਰ ਉਹ ਬਾਅਦ 'ਚ ਆ ਕੇ ਗੱਲਾਂ ਹੋਏ ਜਿਹੜਾ ਇਨਰ ਜਿਹੜਾ ਮਾੜਾ ਹੋਊਗਾ ਉਹ ਸਾਰੀ 2.5 ਘੰਟੇ ਦੀ ਫਿਲਮ 'ਚ ਉਹ 1 ਮਿੰਟ ਦਾ ਸੀਨ ਆਪਦੇ ਘਰੇ ਲੈ ਕੇ ਉਹ ਦੇਖਿਆ ਉਹ ਨਜ਼ਾਰਾ ਲਿਆ ਤਾ ਯਾਰ ਚਾਕੂ ਮਾਰ ਕੇ ਐਂ ਘੁੰਮਾਇਆ ਸੀ ਉਹਨੇ ਕਿਸੇ ਨੇ ਉਹ ਘਰੇ ਲੈ ਕੇ ਆਉਣਾ ਵੀ ਉਹਨੇ ਆਪਣੀ ਬੁੱਢੀ ਪਈ ਮਾਂ ਨੂੰ ਬਿਮਾਰ ਪਈ ਮਾਂ ਨੂੰ ਪਾਣੀ ਦਾ ਗਲਾਸ ਕਿਵੇਂ ਫੜਾਇਆ ਸੀ ਉਹ ਤਾਂ ਆਪਣਾ ਇਹਨਾਂ ਦਾ ਆਪਾਂ ਲੈ ਕੇ ਆਉਣਾ ਘਰੇ ਫਿਲਮ ਟੋਟਲੀ ਜਰਨੀ ਹੈ ਟੋਟਲ ਲਾਈਫ ਆ ਉਹ 'ਚ ਲੈ ਕੇ ਆਉਣਾ ਤਾਂ ਆਪਾਂ ਲੈ ਕੇ ਆਉਣਾ ਇੱਕ ਹੋਰ ਜਿਹੜੀ ਸਾਡੀ ਸੋਸਾਇਟੀ ਹੈ ਖਾਸ ਕਰਕੇ ਇੰਡੀਆ ਦੀ ਜੇਕਰ ਵੇਖਿਆ ਜਾਵੇ ਤਾਂ ਮੇਲ ਡੋਮੇਨ ਸੋਸਾਇਟੀ ਹੈ ਨਾ ਔਰ ਇੰਡਸਟਰੀ ਦੀ ਜੇਕਰ ਗੱਲ ਕੀਤੀ ਜਾਵੇ ਇਸ ਇੰਡਸਟਰੀ ਦੀ ਹੋਵੇ ਭਾਵੇਂ ਕੋਈ ਵੀ ਇੰਡਸਟਰੀ ਦੀ ਜੇਕਰ ਅਸੀਂ ਗੱਲ ਕਰੀਏ ਉੱਥੇ ਵੀ ਅਗਰ ਪੇ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਹੋ ਜਿਵੇਂ ਆਰਟਿਸਟ ਜਿਹੜੇ ਮੇਲ ਆਰਟਿਸਟ ਨੇ ਮੇਲ ਐਕਟਰਸ ਨੇ ਉਹਨਾਂ ਨੂੰ ਹਾਈ ਪੇ ਕੁਆਲਿਟੀ ਪੇ ਕੀਤੀ ਜਾਂਦੀ ਹੈ ਹਾਈ ਲੈਵਲ 'ਤੇ ਇਨਕਮ ਪੇ ਕੀਤੀ ਜਾਂਦੀ ਹੈ ਜਿਹੜੇ ਫੀਮੇਲ ਆਰਟਿਸਟ ਨੇ ਕਿਰਦਾਰ ਉਹਨਾਂ ਹੀ ਹੈ ਜਿਹੜੇ ਲੀਡ ਰੋਲ ਵਿੱਚ ਨੇ ਹੈ ਨਾ ਲੇਕਿਨ ਉਹਨਾਂ ਨੂੰ ਘੱਟ ਕੀਤੀ ਜਾਂਦੀ ਇਹਦੇ ਲਈ ਕੁਛ ਤੁਹਾਨੂੰ ਮੈਂ ਹੁਣ ਇਹ ਬਿਆਨ ਨਹੀਂ ਕਰ ਸਕਦਾ ਵੀ ਕੁੜੀਆਂ ਕਿੰਨਾ ਕਿੰਨਾ ਪੈਸਾ ਲੈਂਦੀਆਂ ਨੇ ਸਾਡੀ ਫਿਲਮ ਇੰਡਸਟਰੀ ਪੰਜਾਬੀ ਇੰਡਸਟਰੀ 'ਚ ਮੇਰੇ ਹਿਸਾਬ ਨਾਲ ਹਿੰਦੀ ਸਿਨੇਮਾ 'ਚ ਉਹਨਾਂ ਉਹਨਾਂ ਪੈਸਾ ਨਹੀਂ ਮਿਲਦਾ ਹੋਣਾ ਜਿੰਨੀਆਂ ਸਾਡੀਆਂ ਕੁੜੀਆਂ ਨੂੰ ਮਿਲਦਾ ਲੇਕਿਨ ਤਾਂ ਵੀ ਇਕੁਆਲਿਟੀ ਕਿਤੇ ਨਹੀਂ ਹੈ ਨਹੀਂ 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 ਤੁਸੀਂ ਇੱਕ ਪਰਿਵਾਰ ਦੇ ਫੀਮੇਲ ਤੋਂ ਬਿਨਾਂ ਚੱਲਦੇ ਹੀ ਨਹੀਂ ਉਹ ਵੱਖਰੀ ਗੱਲ ਆ ਬੰਦਾ ਉਹੀ ਛਾਲਾ ਮਰੀ ਜਾਵੇ ਬਾਹਰ ਚੱਕਦਾ ਫੱਟੇ ਕੋਈ ਫੱਟੇ ਫੁੱਟੇ ਨਹੀਂ ਚੱਕੇ ਜਾਂਦੇ ਫੀਮੇਲ ਤੋਂ ਬਿਨਾਂ ਕੁਛ ਵੀ ਨਹੀਂ ਫੀਮੇਲ ਬਰਾਬਰ ਦੀ ਇਕੁਆਲਾਈਜੇਸ਼ਨ ਤਾਂ ਹੈਗੀ ਹੈ ਫਿਲਮ ਇੰਡਸਟਰੀ 'ਚ ਵੀ ਹੈਗੀ ਹੈ ਆਪਾਂ ਨੂੰ ਲੱਗਦਾ ਬਾਹਰੋਂ ਵਧਾਈਆਂ ਜੀ ਵਧਾਈਆਂ ਦੀ ਅਸੀਂ ਫਿਰ ਦੁਬਾਰਾ ਉਸੇ ਟਰੈਕ 'ਤੇ ਆਉਂਦੇ ਹਾਂ ਉਸ 'ਤੇ ਗੱਲ ਕਰਦੇ ਹਾਂ ਇਹ ਟੋਪਿਕ ਕਿੱਥੋਂ ਆਇਆ ਵਧਾਈਆਂ ਇੱਕ ਟਾਈਟਲ ਹੈ ਜਿਹੜਾ ਜਿਹਤੋਂ ਖੁਸ਼ੀਆਂ ਜ਼ਹਿਰ ਹੁੰਦੀਆਂ ਨੇ ਕਹਿੰਦੇ ਜਿਹੜੀਆਂ ਸੁੱਖ ਬਣਾਇਆ ਵੱਧ ਨੇ ਕਹਿੰਦੇ ਹੈ ਨਾ ਖੁਸ਼ੀ ਬਣਾਈ ਵੱਧਦੀ ਹੈ ਅਤੇ ਦੁੱਖ ਬਣਾਇਆ ਘੱਟਦੇ ਨੇ ਤਾਂ ਵਧਾਈਆਂ ਟਾਈਟਲ ਤੋਂ ਇੱਕ ਚੀਜ਼ ਰਿਲੇਟ ਕਰਦੇ ਹਾਂ ਆਪਾਂ ਵੀ ਹਾਂ ਖੁਸ਼ੀ ਵਾਲੀ ਗੱਲ ਹੋਊਗੀ ਇਹ ਸੋ ਖੁਸ਼ੀਆਂ ਜਿਹੜਾ ਫਿਲਮ ਹੈ ਉਹ ਐਂਟਰਟੇਨਮੈਂਟ ਦਾ ਸਾਧਨ ਹੈ ਜੀ ਸਿਰਫ ਉਸੇ ਚੀਜ਼ 'ਤੇ ਫੋਕਸ ਕੀਤਾ ਗਿਆ ਵੀ ਜਿਸ ਤਰ੍ਹਾਂ ਕੰਪਿਊਟਰ ਦੇ ਵਿੱਚ ਤੁਸੀਂ ਇੱਕ ਰੀਫਰੈਸ਼ ਬਟਨ ਹੁੰਦਾ ਤੁਹਾਡੀ ਆ ਰੋਜ਼ਮਰਾ ਜਿਹੜੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਤੁਹਾਨੂੰ ਇੰਨਾ ਜ਼ਿਆਦਾ ਜੋ ਤੁਸੀਂ ਇਹ 2.5 ਘੰਟੇ ਸਾਡੀ ਮੂਵੀ ਦੇਖੋਗੇ ਤੁਹਾਡੀ ਲਾਈਫ ਦੇ ਵਿੱਚ ਉਹ ਬਟਨ ਦੱਬੇ ਜਾਣਾ ਰੀਫਰੈਸ਼ ਵਾਲਾ ਤੁਸੀਂ ਇੱਕੋ ਦਮ ਬਾਹਰ ਨਿਕਲੋਗੇ ਉਸ ਤੋਂ ਬਾਅਦ ਤੁਹਾਡੀ ਸੋਚ ਬਦਲੂਗੀ ਤੁਸੀਂ ਜਿਹੜੇ ਕੰਮ 'ਚ ਵੀ ਕਰਦੇ ਹੋ ਉਹ 'ਚ ਤੁਹਾਡੀ ਕ੍ਰੀਏਟੀਵਿਟੀ ਹੋਰ ਵਧੂਗੀ ਅਸੀਂ ਉਹ ਸਟ੍ਰੈਸ ਬਸਟਰ ਇਹ ਮੂਵੀ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਜੇ ਤੁਸੀਂ ਕੈਰੀ ਔਨ ਜੱਟਾਂ 'ਚ ਲਿਟ ਲਿਟ ਕੇ ਹੱਸੇ ਸੀ ਇਸ ਮੂਵੀ ਦੇ ਵਿੱਚ ਛਾਲਾਂ ਮਾਰ ਮਾਰ ਕੇ ਹੱਸੋਗੇ ਉੱਥੇ ਥਾਂ ਤਾਂ ਆਉਂਦੇ ਨਹੀਂ ਛਾਲਾਂ ਮਾਰਨ ਦੀ ਬੁਰੀਆਂ ਕੁਰਸੀਆਂ ਪਟਵਾਤੀਆਂ ਸੀ ਕਿਸ ਦਿਨ ਵਿੱਚ ਅੱਛਾ ਛਾਲਾਂ ਮਾਰਨ ਵਾਸਤੇ ਹੁਣ ਜਾਣ ਤੋਂ ਪਹਿਲਾਂ ਇੱਕ ਕਿੱਥੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਵੀ ਅਸੀਂ ਹਾਂ ਜਿੱਥੇ ਵੀ ਕੋਈ ਅਦਾਕਾਰ ਕਲਾਕਾਰ ਕੋਈ ਐਕਟਰ ਕੋਈ ਸਿੰਗਰ ਉਹ ਸਭ ਤੁਹਾਡੀ ਬਦੌਲਤ ਹੈ ਜੇ ਤੁਸੀਂ ਤਾੜੀਆਂ ਮਾਰਦੇ ਹੋ ਤਾਂ ਹੀ ਆ ਜਿਹੜੇ ਸੋਫਿਆਂ 'ਤੇ ਬੈਠੇ ਤਾਂ ਬੈਠੇ ਹਾਂ ਜੀ ਇਸ ਤਰ੍ਹਾਂ ਆਪਦਾ ਪਿਆਰ ਇੱਦਾਂ ਹੀ ਆਸ਼ੀਰਵਾਦ ਸਾਡੇ ਨਾਲ ਬਣਾ ਕੇ ਰੱਖਿਓ ਜੀ ਅਤੇ ਜੇ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਕਲਚਰ ਨੂੰ ਜਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਹੋਰ ਬੁਲੰਦੀ
ਉਹਨਾਂ ਦੀ ਉਸਦੀ ਵੇਟ ਨਾ ਕਰਿਆ ਕਰੀਏ ਵੀ ਉਹ 'ਤੇ ਫਿਲਮ ਪਊਗੀ ਫਿਰ ਆਪਾਂ ਦੇਖੀਏ ਉਹ ਕਿਉਂਕਿ ਉਹ ਸਾਬਤ ਹੋ ਚੁੱਕਿਆ ਜਿਹੜਾ ਉਹ ਚਾਹੇ ਦੀ 50 ਰੁਪਏ ਦੀ ਚੀਜ਼ ਹੋਵੇ ਚਾਹੇ ਦੀ 25 ਪੈਸੇ ਦੀ ਚੀਜ਼ ਹੋਵੇ ਕਲੀਅਰਲੀ ਆਪਾਂ ਟੈਰੋਰਿਜ਼ਮ ਨੂੰ ਫੰਡ ਕਰ ਰਹੇ ਹਾਂ ਸੋ ਆਪਣੇ ਭੈਣ ਭਰਾਵਾਂ ਬੱਚਿਆਂ ਵਾਸਤੇ ਬੰਬ ਨਾ ਖਰੀਦੀਏ ਸੋ ਇੰਨੀ ਕੁ ਮੇਰੀ ਗੁਜ਼ਾਰਿਸ਼ ਹੈ ਜੀ ਇਸ ਤਰੀਕੇ ਆਪਣਾ ਪਿਆਰ ਸਤਿਕਾਰ ਸਾਡੇ ਨਾਲ ਬਣਾ ਕੇ ਰੱਖੋ ਔਰ ਹਮੇਸ਼ਾ ਇਸ ਚੀਜ਼ ਦਾ ਮੈਂ ਧਿਆਨ ਰੱਖਦਾ ਹੁੰਦਾ ਵੀ ਸਾਡੀ ਕੋਈ ਵੀ ਫਿਲਮ ਦੇਖ ਕੇ ਕਦੇ ਵੀ ਕਿਸੇ ਭਰਾ ਦੇ ਸਾਹਮਣੇ ਭੈਣ ਨੂੰ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ ਕਿਸੇ ਫਾਦਰ ਸਾਹਮਣੇ ਸਿਨੇਮਾ ਘਰ ਦੇ ਵਿੱਚੋਂ ਕਿਸੇ ਧੀ ਨੂੰ ਉੱਠ ਕੇ ਨਾ ਜਾਣਾ ਪਵੇ ਸਾਰੇ ਪਰਿਵਾਰ ਦੇ ਵਿੱਚ ਤੁਸੀਂ ਇਸ ਮੂਵੀ ਨੂੰ ਬੈਠ ਕੇ ਇੰਜੋਏ ਕਰ ਸਕਦੇ ਹੋ ਸੋ ਗੋਡ ਬਲੈਸ ਯੂ ਆਲ ਤੁਹਾਡੀ ਬਦੌਲਤਾਂ ਅਸੀਂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਅਤੇ 13 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਮਿਲਦੇ ਹਾਂ ਜੀ ਸਾਡੀ ਮੂਵੀ ਦੇਖਣ ਆਓ ਅਤੇ ਫੁੱਲ ਤ੍ਰਿਪਤ ਹੋ ਕੇ ਤੁਸੀਂ ਬਾਹਰ ਨਿਕਲੋਗੇ ਸੋਹਣੇ ਸੋਹਣੇ ਬਣ ਕੇ ਤਿਆਰ ਹੋ ਕੇ ਆ ਜਾਓ ਮੇਰੀ ਬਰਾਤ ਨਿਕਲਣੀ ਉਸ ਦਿਨ ਕਿਆ ਬਾਤ ਹੈ ਬਹੁਤ ਹੀ ਵਧੀਆ ਢੰਗ ਦੇ ਨਾਲ ਬੀਨੂ ਢਿੱਲੋਂ ਜੀ ਵੱਲੋਂ ਅਪੀਲ ਕੀਤੀ ਗਈ ਲੇਕਿਨ ਕਰਮਜੀਤ ਅਦਮੋਲ ਜੀ ਤੁਹਾਡੇ ਵੱਲੋਂ ਵੀ ਹੋਣੀ ਚਾਹੀਦੀ ਮੈਂ ਵੀ ਇਹ ਕਹਿਣਾ ਜੀ ਵੀ 13 ਤਰੀਕ ਨੂੰ ਵਿਆਹ ਹੋਣਾ ਭਰਾ ਦਾ ਇਹ ਸਾਰਿਆਂ ਵੱਲੋਂ ਸੱਦਾ ਪੂਰੇ ਪੰਜਾਬ ਨੂੰ ਪੂਰੀ ਦੁਨੀਆ 'ਚ ਜਿੰਨੇ ਵੀ ਪੰਜਾਬੀ ਵੱਸਦੇ ਆ ਤੁਸੀਂ ਸਰਵਾਲਾ ਬਣ ਰਹੇ ਬਾਕੀ ਵੀ ਬੰਦੇ ਆ ਸਕਦੇ ਸਰਵਾਲੀ ਹੈ ਜੀ ਕਾਰ ਨੂੰ ਫੁੱਲ ਲਾਈ ਜਾਂਦਾ ਸਮਝਦਾ ਉਹ ਕਹਿੰਦੇ ਫੁੱਲ ਮਰਝਾ ਜਾਣਗੇ ਖੜ ਕੇ ਪਾਣੀ ਲਾਉਣ ਲੱਗਾ ਸੋ 13 ਤਰੀਕ ਨੂੰ ਆ ਰਹੀ ਹੈ ਜੀ ਸਾਡੀ ਫਿਲਮ ਵਧਾਈਆਂ ਜੀ ਵਧਾਈਆਂ ਓ ਯਾਰ ਅੱਜ ਮੇਰਾ ਵਿਆਹ ਅੱਜ ਤਾਂ ਅੱਖਾਂ ਨੂੰ ਆਉਣਾ ਚਾਹੀਦਾ ਸੀ ਓਏ ਅੱਖਾਂ ਨੂੰ ਵਿਆਹ ਦਾ ਕਾਰਡ ਦਿੱਤਾ ਸੀ ਵੀ ਅੱਜ ਉਹਨਾਂ ਨੂੰ ਆਉਣਾ ਚਾਹੀਦਾ ਸੀ ਹੋ ਲੋਕੀ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ ਲੋਕੀ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ ਸਾਨੂੰ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ ਕੀ ਬਾਤ ਹੈ ਸੋ FYI ਮੀਡੀਆ ਦੀ ਪੂਰੀ ਟੀਮ ਵੱਲੋਂ ਤੁਹਾਡੀ ਪੂਰੀ ਸਟਾਰ ਕਾਸਟ ਨੂੰ ਪੂਰੀ ਟੀਮ ਨੂੰ ਢੇਰ ਸਾਰੀਆਂ ਵਧਾਈਆਂ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਤੁਹਾਡੀ ਇਹ ਫਿਲਮ ਬਾਕੀਆਂ ਫਿਲਮਾਂ ਵਾਂਗੂ ਹੋਰ ਜ਼ਿਆਦਾ ਓਪਨਿੰਗ ਕਰੇ ਹੋਰ ਜ਼ਿਆਦਾ ਗ੍ਰੈਂਡ ਸਕਸੈਸ ਪਾਏ ਮੂ ਥੈਂਕ ਯੂ ਸੋ ਮਚ ਜੀ ਨੀਡ ਯੂਅਰ ਗੁੱਡ ਵਿਸ਼ਸ ਥੈਂਕ ਯੂ ਸੋ ਮਚ ਖਾਸ ਸਮਾਂ ਕੱਢਣ ਲਈ ਸਾਡੇ ਸਰੋਤਿਆਂ ਲਈ FYI ਮੀਡੀਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਐਸਨ ਵਧਾਈਆਂ ਜੀ ਵਧਾਈਆਂ ਦੇ ਸਟਾਰ ਕਾਸਟ ਸਾਡੇ ਨਾਲ ਕਰਮਜੀਤ ਅਨਮੋਲ ਜੀ ਐਂਡ ਬੀਨੂ ਢਿੱਲੋਂ ਜੀ 13 ਅਪ੍ਰੈਲ ਨੂੰ ਮੂਵੀ ਆ ਰਹੀ ਹੈ ਜੀ ਵਧਾਈਆਂ ਦੀ ਵਧਾਈਆਂ ਜੀ ਵਧਾਈਆਂ ਜਿਵੇਂ ਇਹਨਾਂ ਨੇ ਕਿਹਾ ਅਪੀਲ ਕੀਤੀ ਕਿ ਕਾਫੀ ਸਟ੍ਰੈਸ ਬਸਟਰ ਮੂਵੀ ਹੈ ਤੁਹਾਡਾ ਬਿਲਕੁਲ ਤੁਹਾਨੂੰ ਰਿਫਰੈਸ਼ ਕਰ ਦੇਗੀ ਤਾਂ ਇਹ ਮੂਵੀ ਵੇਖਣ ਜ਼ਰੂਰ ਜਾਓ ਇਹ ਜੋ ਕਹਿ ਰਹੇ ਨੇ ਬੀਨੂ ਢਿੱਲੋਂ ਜੀ ਤੁਹਾਨੂੰ ਇਹ ਢਿੱਡੀ ਪੀੜਾਂ ਪਾਉਣ ਨੂੰ ਮਜਬੂਰ ਕਰ ਦੇਗੀ ਸੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਫਿਲਹਾਲ ਇਹਨਾਂ ਹੀ ਸਾਨੂੰ ਦੋ ਇਜਾਜ਼ਤ ਬਣੇ ਰਹੋ FYI ਮੀਡੀਆ ਦੇ ਨਾਲ ਸਤਿ ਸ਼੍ਰੀ ਅਕਾਲ